Cacigo! Cacigo! Papacin! Papacin! Udah, ini channel. ਆਪਣੀ ਸਰੂਰੀ ਹੁੰਦੇ ਵੀ ਯਾਰ ਕੀ ਕਰ ਰਹੇ ਨੇ ਕਿਉਂ ਸਾਰੇ ਸਾਨੂੰ ਧੱਕੇ ਨਾਲ ਪਰ ਸਿਆਣੇ ਨੇ ਨਿਚੋੜ ਕੱਢਿਆ ਕਿ ਚਾਦਰ ਦੇ ਕੇ ਪੈਰ ਪਸਾਰੋ। ਆਮ ਆਰਟਿਸਟ ਨੇ ਜਿਹੜੇ ਡਿਪਰੈਸ਼ਨ 'ਚ ਜਾ ਰਹੇ ਨੇ। ਮੈਂ ਇੰਡਸਟਰੀ ਦੇ ਵਿੱਚ ਐਜ਼ ਏ ਬੈਕ ਡਾਂਸਰ ਆਇਆ ਸੀ, ਐਜ਼ ਏ ਡਾਂਸਰ ਮੈਂ ਸ਼ੋਅ ਦੇ ਵਿੱਚ ਹੁੰਦਾ ਸੀ ਪਿੱਛੇ। ਅੱਜ ਤੱਕ ਕਿਸੇ ਨੂੰ ਫੋਨ ਕਰਕੇ ਕੰਮ ਨਹੀਂ ਕਿਹਾ ਵੀ ਮੈਨੂੰ, ਕਿਸੇ ਡਾਇਰੈਕਟਰ ਨੂੰ ਜਾਂ ਕਿਸੇ ਪ੍ਰੋਡਿਊਸਰ ਨੂੰ ਫੋਨ ਨਹੀਂ ਕੀਤਾ ਹੈਗਾ ਕਿ ਮੈਨੂੰ ਆਪਣੀ ਫਿਲਮ 'ਚ ਲੈ ਲਓ। ਮੈਨੂੰ ਹਰ ਫਿਲਮ 'ਚ ਇੱਕ ਫਿਲਮ ਹੈ ਉਹ ਨਹੀਂ ਮੂਸੇ ਵਾਲਾ ਯਾਦ ਕਿਸੇ ਨੂੰ ਵੀ ਕਿ ਜਿਹਨੇ ਫੋਨ ਕਰ ਕਰਕੇ ਕਿਹਾ ਯਾਰ ਮੈਨੂੰ ਗਾਣਾ ਦਿਓ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾ ਸਵਾਲ ਤੁਹਾਡੇ ਤੋਂ, ਐਜ਼ ਅ ਡਾਇਰੈਕਟਰ ਜਦੋਂ ਮੈਂ ਟ੍ਰੇਲਰ ਵੇਖਿਆ ਤਾਂ ਮੈਂ ਉਹਨੂੰ ਦੋ ਤਿੰਨ ਵਾਰ ਵੇਖ ਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਕਿ ਮਤਲਬ ਇਹ ਫਿਲਮ ਕੀ ਕਹਿਣਾ ਚਾਹੁੰਦੀ ਹੈ, ਇਹ ਕਹਾਣੀ ਕੀ ਹੈ, ਸੋ ਤੁਸੀਂ ਬੈਟਰ ਐਕਸਪਲੇਨ ਕਰ ਸਕਦੇ ਹੋ। ਹਾਂਜੀ, ਇਹ ਨਾ ਐਕਚੁਅਲੀ ਜਿਹੜੀ ਕਹਾਣੀ ਪਰਛਾਵਾਂ, ਇਹ ਆਮ ਯੂਥ ਦੀ ਕਹਾਣੀ ਹੈ ਸਾਡੀ। ਓਕੇ। ਜਦੋਂ ਬੰਦਾ ਹਾਲਾਤਾਂ ਨਾਲ ਲੜਦਾ ਹੈਗਾ ਹੈ ਨਾ, ਉਹਦੀ ਮਿਸਟਰੀ ਦੇ ਵਿੱਚ, ਲਾਈਫ ਦੇ ਵਿੱਚ ਬਹੁਤ ਉਤਰਾਅ ਚੜਾਅ ਆਉਂਦੇ ਆ, ਅਤੇ ਮੈਨੂੰ ਐਂ ਲੱਗਦਾ ਵੀ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਹੈ, ਸੁੱਖ ਵੀ ਹੈ, ਹੈ ਨਾ, ਅਤੇ ਪੋਜ਼ਿਟਿਵ ਵੀ ਹੈ, ਨੈਗੇਟਿਵ ਵੀ ਹੈ। ਉਹ ਚੀਜ਼ਾਂ ਕਿਤੇ ਨਾ ਕਿਤੇ ਤੁਹਾਡੇ ਲਾਈਫ ਦੇ ਵਿੱਚ ਆਲਾ ਦੁਆਲਾ ਜਦੋਂ ਜ਼ਿੰਦਗੀ ਦੇ ਵਿੱਚ ਬੰਦਾ ਦੁੱਖ ਕਿਵੇਂ ਆਉਂਦਾ ਲਾਈਫ ਦੇ ਵਿੱਚ, ਜਦੋਂ ਆਉਂਦਾ ਨਾ ਉਹ ਬੰਦੇ ਨੂੰ ਤੋੜ ਕੇ ਰੱਖ ਦਿੰਦਾ, ਠੀਕ ਹੈ। ਉਹ 'ਚੋਂ ਨਿਕਲਣਾ ਬੜਾ ਮੁਸ਼ਕਿਲ ਆ, ਬਹੁਤ ਬੰਦੇ ਨਿਕਲ ਜਾਂਦੇ ਨੇ, ਕਈ ਨਿਕਲ ਨਹੀਂ ਪਾਉਂਦੇ। ਉਸ ਦੇ ਇਹੀ ਕਹਾਣੀ ਦੀ, ਇਸ ਨੂੰ ਅਸੀਂ ਅੱਗੇ ਸਟੋਰੀ ਨੂੰ ਕਨਵੇ ਕੀਤਾ, ਕਹਿਣ ਦੀ ਕੁਛ ਕੋਸ਼ਿਸ਼ ਕੀਤੀ ਹੈ ਨਵੇਂ ਅੰਦਾਜ਼ ਨਾਲ, ਜਿਹਦੇ ਵਿੱਚ ਸਾਰੇ ਰਿਸ਼ਤਿਆਂ ਦੀ ਗੱਲ ਹੋ ਜੇ, ਠੀਕ ਹੈ, ਯਾਰੀ ਦੋਸਤੀ ਦੀ ਗੱਲ ਹੋ ਜੇ, ਪਿਆਰ ਦੀ ਗੱਲ ਹੋ ਜੇ, ਉਹ ਅਸੀਂ ਕਹਿਣਾ ਚਾਹੁੰਦੇ ਹਾਂ ਇਸ ਫਿਲਮ ਦੇ ਲਈ ਪਰਛਾਵਾਂ। ਮੇਰਾ ਅਗਲਾ ਸਵਾਲ ਮਨਜੀਤ ਸਰ ਤੁਹਾਡੇ ਤੋਂ ਹੈ। ਮੈਂ ਲਾਸਟ ਟਾਈਮ ਤੁਹਾਡੀ ਪਰਫਾਰਮੈਂਸ ਖਿਲਾੜੀ ਫਿਲਮ ਦੇ ਵਿੱਚ ਦੇਖੀ ਸੀਗੀ ਔਰ ਉਹ ਬਾਕਮਾਲ ਸੀ। ਤੁਸੀਂ ਗ੍ਰੇ ਸ਼ੇਡ ਕਰੈਕਟਰ ਖੁਦ ਚੂਜ਼ ਕਰਦੇ ਹੋ ਜਿਨ੍ਹਾਂ ਦੇ ਵਿੱਚ ਕਿ ਇੱਕ ਹਲਕਾ ਕੌਮਿਕ ਟੱਚ ਵੀ ਹੁੰਦਾ, ਜਾਂ ਫਿਰ ਤੁਹਾਨੂੰ ਖੁਦ ਹੀ ਅਪਰੋਚਿਸ ਇਹੋ ਜਿਹੇ ਕਿਰਦਾਰਾਂ ਲਈ ਹੁੰਦੇ ਆ? ਦੇਖੋ, ਮੈਂ ਇੱਕ ਐਕਟਰ ਆਰਟਿਸਟ ਹਾਂ, ਅਕੋਰਡਿੰਗ ਟੂ ਮਾਈ ਲੁੱਕ ਅਤੇ ਉਹ ਡਾਇਰੈਕਟਰ ਮੈਨੂੰ ਅਪਰੋਚ ਕਰਦੇ ਆ। ਹੁਣ ਜਿਸ ਤਰ੍ਹਾਂ ਇਹ ਪਰਛਾਵਾਂ ਲਈ ਹੈਪੀ ਕੌਸਲ ਸਰ ਨੇ ਪਹਿਲਾਂ ਤੋਂ ਮੇਰੀ ਪਰਫੋਰਮੈਂਸ ਵਗੈਰਾ ਦੇਖੀ ਹੋਈ ਸੀ, ਅਤੇ ਅਸੀਂ ਇੱਕ ਫਰੈਂਡ ਸਰਕਲ ਦੇ ਵਿੱਚ ਵੀ ਅਸੀਂ ਗੁਜ਼ਰਦੇ ਰਹੇ ਹਾਂ, ਅਤੇ ਇਹਨਾਂ ਨੂੰ ਮੇਰੀ ਕਾਬਲੀਅਤ ਦਾ ਪਤਾ ਸੀ ਵੀ ਇਹ ਕਰੈਕਟਰ ਇਹ ਕਰ ਕੌਣ ਕਰ ਸਕਦਾ, ਕਿਉਂਕਿ ਇਹ ਕਰੈਕਟਰ ਤੁਸੀਂ ਦੇਖੋਗੇ ਇਹ ਬਿਲਕੁਲ ਅਲੱਗ ਆ ਹੁਣ ਤੱਕ ਦੇ ਜਿੰਨਾ ਵੀ ਮੈਂ ਕੰਮ ਕੀਤਾ। ਉਹ ਇਹਦੇ ਵਿੱਚ ਗ੍ਰੇ ਸ਼ੇਡ ਵੀ ਨਹੀਂ ਹੈ, ਕੌਮਿਕ ਟੱਚ ਵੀ ਨਹੀਂ ਹੈ, ਇੱਕ ਇੰਟੈਲੀਜੈਂਟ ਆਫਿਸਰ ਦਾ ਰੋਲ ਆ। ਓਕੇ। ਜਿਹੜਾ ਤੁਹਾਨੂੰ ਪਤਾ ਵੀ ਉਹ ਇੱਧਰ ਉੱਧਰ ਨਹੀਂ ਹੋ ਸਕਦਾ, ਰੂਲ ਰੈਗੂਲੇਸ਼ਨ ਜੋ ਵੀ ਨਿਯਮ ਨੇ ਉਹਦੇ ਵਿੱਚ ਰਹਿ ਕੇ ਮੈਂ ਨਿਭਾਉਣ ਦੀ ਕੋਸ਼ਿਸ਼ ਕੀਤੀ ਆ, ਅਤੇ ਇਹਨਾਂ ਨੇ ਬਹੁਤ ਸੋਹਣਾ ਸ਼ੂਟ ਵੀ ਕੀਤਾ ਉਹਨੂੰ, ਅਤੇ ਮੈਨੂੰ ਲੱਗਦਾ ਕਿ ਮੈਂ ਲੋਕਾਂ ਨੂੰ ਇੱਕ ਨਵੇਂ ਮਨਜੀਤ, ਅਦਾਕਾਰ ਮਨਜੀਤ ਦਿਖੂਗਾ ਇਹਦੇ ਵਿੱਚ, ਜੋ ਮੇਰੀ ਇਮੇਜ ਬਣੀ ਹੋਈ ਇੰਡਸਟਰੀ ਵਿੱਚ ਨਸ਼ੇੜੀ ਜਾਂ ਕੌਮਿਕ ਜਾਂ ਇਦਾਂ ਗ੍ਰੇ ਸ਼ੇਡ ਦੇ ਕਰੈਕਟਰ ਕਰਦਾ ਰਹਿੰਦਾ। ਪਰ ਥੋੜਾ ਐਕਸਪੈਂਸਿਵ ਨਸ਼ਾ ਸਿਗਰਟ, ਤੇ ਇਮੇਜ ਉਹੀ ਹੈ, ਪਰ ਇਹਦੇ ਵਿੱਚ ਇੱਕ ਰੋਬ ਹੈ, ਇੰਟੈਲੀਜੈਂਸ ਹੀ ਹੈ, ਤੇ ਉਹ ਕਰੈਕਟਰ ਨੂੰ ਕਿੱਦਾਂ ਨਿਭਾਉਣਾ ਵੀ ਮਤਲਬ ਨੈਚੁਰਲ ਵੀ ਰਹਿਣਾ, ਉਹ ਓਵਰ ਦੈਨ ਲਾਈਫ ਵੀ ਨਹੀਂ ਹੋਣਾ ਚਾਹੀਦਾ, ਲਾਰਜਰ ਦੈਨ ਲਾਈਫ ਵੀ ਨਹੀਂ ਹੈ ਉਹ, ਅਤੇ ਤਾਂ ਕਿ ਮੈਨੂੰ ਬਹੁਤ ਮਜ਼ਾ ਆਇਆ, ਅਤੇ ਜਿਹੜੇ ਹਾਲਾਤਾਂ ਵਿੱਚ ਅਸੀਂ ਸ਼ੂਟ ਕੀਤਾ
ਸਾਨੂੰ ਲੱਗਦਾ ਵੀ ਥੋੜ੍ਹੇ ਜਿਹੇ ਹਾਲਾਤ ਹੋਰ ਸੁਖਾਵੇਂ ਹੁੰਦੇ ਤਾਂ ਅਸੀਂ ਬਹੁਤ ਇਹਨੂੰ ਹੋਰ ਵੱਡੇ ਕੈਨਵਸ 'ਤੇ ਪੇਸ਼ ਕਰ ਸਕਦੇ ਸੀ, ਪਰ ਫਿਰ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪ੍ਰੋਡਿਊਸਰ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਡੇ ਨਵੀਂ ਟੀਮ ਨੂੰ ਮੌਕਾ ਦਿੱਤਾ, ਇੰਨੀ ਵਧੀਆ ਚੀਜ਼ ਲੋਕਾਂ ਸਾਹਮਣੇ ਲਿਆਂਦੀ, ਉਹਨਾਂ ਨੇ ਰਿਸਕ ਲਿਆ ਕਿ ਤੁਹਾਨੂੰ ਪਤਾ ਹੀ ਹੈ ਵੀ ਇੰਡਸਟਰੀ ਵਿੱਚ ਕੌਮੇਡੀ ਹੂਲਾ ਲਾਲਾ ਇਹੀ ਚੱਲ ਰਿਹਾ, ਪਰ ਕਰ ਰਹੇ ਹੁੰਦੇ, ਪਰ ਅਸੀਂ ਆਡੀਅੰਸ ਰੋ ਰਹੀ ਹੁੰਦੇ ਵੀ ਯਾਰ ਕੀ ਕਰ ਰਹੇ ਨੇ, ਸਾਨੂੰ ਹਸਾ ਰਹੇ ਨੇ ਤੇ ਅਸੀਂ ਰੋ ਰਹੇ ਹਾਂ, ਕਿਉਂ ਹਸਾ ਰਹੇ ਹੋ ਸਾਨੂੰ ਧੱਕੇ ਨਾਲ ਹੋ ਰਿਹਾ, ਕਿਉਂਕਿ ਬਸ ਇਹੀ ਬੇਨਤੀ ਹੈ ਕਿ ਭਾਈ ਥੋੜਾ ਜਿਹਾ ਕੰਮ ਕਰੋ, ਮਨੋਰੰਜਨ ਸੀ ਓਦਾਂ ਦੀਆਂ ਕਈ ਫਿਲਮਾਂ ਆਈਆਂ ਨੇ ਜਿਹੜੀਆਂ ਲੋਕਾਂ ਨੇ ਪਸੰਦ ਕੀਤੇ ਨੇ, ਲੱਗਿਆ ਵੀ ਹਾਂ ਏਦਾਂ ਹੋ ਸਕਦਾ, ਓਵਰ ਨੀ ਕਰਨਾ ਚਾਹੀਦਾ, ਓਵਰ ਨੀ, ਜਿਹੜਾ ਹੋ ਹੀ ਨੀ ਸਕਦਾ ਧੱਕੇ ਨਾਲ ਲੋਕਾਂ ਨੂੰ ਬੇਵਕੂਫ ਬਣਾ ਰਹੇ, ਕਿਉਂ ਆਪਣੇ ਅਸੀਂ ਧੱਕੇ ਨਾਲ ਹਨਾ ਉਹ ਹੋਰ ਹੀ ਦੁਨੀਆਂ 'ਚ ਲੈ ਜਾਂਦੇ ਹਾਂ ਜਿਹੜੀਆਂ ਸਾਨੂੰ ਹਜ਼ਮ ਨਹੀਂ ਆਉਂਦੀਆਂ, ਅਤੇ ਉਹਨਾਂ ਤੋਂ ਬਿਲਕੁਲ ਅਲੱਗ ਨਵਾਂ ਸਿਨੇਮਾ ਜਾਂ ਨਵੀਂ ਫਿਲਮ ਦੇਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਲਈ ਇਹ ਹੈਪੀ ਸਭ ਤੋਂ ਵੱਧ ਮੁਬਾਰਕਬਾਦ ਹੈ, ਕਿਉਂਕਿ ਇਹ ਬੰਦੇ ਦੀ ਜਿੰਨੀ ਮਿਹਨਤ ਆ, ਜਿੰਨੀ ਸਟਰਗਲ ਆ, ਅਤੇ ਟੀਮ ਨੂੰ ਇਕੱਠੀ ਕਰਨ ਤੋਂ ਲੈ ਕੇ ਸਮਿਟ ਹਰ ਪ੍ਰੋਡਕਟ ਨੂੰ ਸਮਿਟਣ ਤੱਕ ਇੱਥੇ ਤੱਕ ਲਿਆਉਣ ਲਈ ਐਡੇ ਵੱਡੇ ਕੈਨਵਸ 'ਤੇ, ਮਤਲਬ ਪੰਜਾਬ ਨੌਰਥ ਇੰਡੀਆ ਦੀ ਮੈਂ ਤਾਂ ਕਹੂੰਗਾ ਚੌਪਾਲ ਸਭ ਤੋਂ ਵੱਡਾ ਓਟੀਟੀ ਪਲੇਟਫਾਰਮ ਆ, ਉੱਥੇ ਤੱਕ ਲਿਆਉਣ ਲਈ ਜਿੰਨੀ ਮਿਹਨਤ ਹੈਪੀ ਨੇ ਦਿਨ ਰਾਤ ਕੀਤੀ ਆ, ਮੇਰੇ ਖਿਆਲ 'ਚ ਕੋਈ ਹੋਰ ਹੁੰਦਾ ਤਾਂ ਕਰ ਨਹੀਂ ਸਕਦਾ, ਜੀ ਉਹਨੇ ਥੱਕ ਕੇ ਅੱਕ ਕੇ ਬੈਠ ਜਾਣਾ ਸੀ, ਅਤੇ ਉਹਦੇ ਲਈ ਵਧਾਈ ਦੇ ਪਾਤਰ ਆਏ ਪਰਸਨ। ਹਾਂ ਬਿਲਕੁਲ, ਤੁਸੀਂ ਪਹਿਲੇ ਇੱਕ ਕੁਐਸਚਨ ਦੇ ਵਿੱਚ ਸਭ ਕੁਝ ਸਮ ਅਪ ਕਰ ਦਿੱਤਾ। ਬੰਦਾ ਹੀ ਗੱਲ ਛੇੜਦੇ ਆ। ਸੋ ਮੈਂ ਇਧਰ ਕਨਫਿਊਜ਼ ਮਤਲਬ ਇੰਡਸਟਰੀ 'ਚ ਕੁਝ ਇਹੋ ਜਿਹੇ ਲੋਕ ਹੈਗੇ ਜਿਹੜੇ ਬੈਠ ਕੇ ਵਿਚਾਰ ਨਾ ਜਾਣਦੇ ਆ ਕਿ ਸਿਨੇਮਾ ਨੂੰ ਕਿਸ ਰਾਹ 'ਤੇ ਲੈ ਕੇ ਜਾਣਾ, ਜੋ ਅਕਸਰ ਘੱਟ ਦੇਖਣ ਨੂੰ ਮਿਲਦੇ ਆ। ਤੁਹਾਡੇ ਸਵਾਲ ਤੋਂ ਹੋਰ ਸਵਾਲ ਮਾਇੰਡ 'ਚ ਆ ਗਏ, ਪਰ ਪਹਿਲੇ ਇੱਧਰੋਂ ਵੀ ਗੱਲਬਾਤ ਸ਼ੁਰੂ ਕਰ ਲਈ ਜਾਵੇ। ਸੋ ਮਜਨੂੰ ਤੋਂ ਬਾਅਦ ਬਿਲਕੁਲ ਇੱਕ ਡਿਫਰੈਂਟ ਲੁੱਕ ਵਾਲਾ ਕਿਰਦਾਰ ਜਿਹੜਾ ਮਤਲਬ ਸ਼ਾਇਦ ਪਲੇ ਕਰਨਾ ਇੰਨਾ ਈਜ਼ੀ ਨਹੀਂ ਹੁੰਦਾ, ਤੁਹਾਡੇ ਲਈ ਕਿਵੇਂ ਦਾ ਸੀਗਾ ਇਹ? ਕਿਵੇਂ ਸੀ ਮੇਰੇ ਲਈ? ਅਸੀਂ ਇਹ ਜਿਹੜਾ ਬਿਲਕੁਲ ਤੁਹਾਡੀ ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ ਮਜਨੂੰ ਤੋਂ ਬਾਅਦ ਇੱਕਦਮ ਬੜਾ ਕੰਟਰਾਸਟਿੰਗ ਲੱਗਦਾ ਇਹ ਕੈਰੇਕਟਰ, ਬਟ ਮੈਨੂੰ ਇਹ ਲੱਗਦਾ ਕਿ ਮੇਰੇ ਜਿੰਨੇ ਕੈਰੇਕਟਰ ਆ ਰਹੇ ਨੇ, ਜਿਵੇਂ ਜਿਵੇਂ ਆ ਰਹੇ ਨੇ, ਹਰ ਕੈਰੇਕਟਰ ਆਪਣੇ ਆਪ 'ਚ ਕੁਛ ਨਾ ਕੁਛ ਅਲੱਗ ਹੈ। ਇਹ ਕੈਰੇਕਟਰ ਆਏ ਕਾਫੀ ਅਲੱਗ ਹੈ ਬਾਕੀ ਸਾਰਿਆਂ ਨਾਲੋਂ, ਕਿਉਂਕਿ ਇੱਕ ਪਾਸੇ ਤੁਸੀਂ ਆਪਣੇ ਆਪ ਨੂੰ ਜਿਵੇਂ ਤੁਹਾਡੀ ਇੱਕ ਇਮੇਜ ਬਣ ਰਹੀ ਹੈ ਕਿ ਐਕਸ਼ਨ ਹੀਰੋ ਹੈ ਜਾਂ ਹੁਣ ਰੋਮਾਂਟਿਕ ਫਿਲਮਾਂ ਕਰ ਰਿਹਾ, ਅਤੇ ਇੱਕ ਪਾਸੇ ਇੱਕ ਜਮਾਂ ਇੱਦਾਂ ਦੀ ਫਿਲਮ ਆਈ ਤੁਸੀਂ ਝੱਲੇ ਵਾਂਗੂ ਫਿਰ ਰਹੇ ਹੋ ਟ੍ਰੇਲਰ, ਪੂਰੇ ਟ੍ਰੇਲਰ 'ਚ ਕੋਈ ਕਹਿ ਰਿਹਾ ਕਿ ਗੂੰਗਾ, ਕੋਈ ਕਹਿੰਦਾ ਪ੍ਰੀਤ ਪਾਗਲ ਹੈ, ਕੋਈ ਕਹਿੰਦਾ ਇਹ ਕੀ ਮਤਲਬ ਕੀ ਹੈ, ਬਟ ਇੱਕ ਗੱਲ ਕਾਮਨ ਹੈ ਕਿ ਹਰ ਬੰਦੇ ਨੇ ਕਿਹਾ ਕਿ ਵੀ ਪਰਫਾਰਮੈਂਸ ਬੜੀ ਰੀਅਲ ਹੈ। ਉਹ ਕਿਉਂ ਰੀਅਲ ਹੈ? ਕਿਉਂਕਿ ਅਸੀਂ ਟਾਈਮ ਬਹੁਤ ਲਾਇਆ। ਹੈਪੀ ਨੇ ਜਦੋਂ ਮੈਨੂੰ ਫਿਲਮ ਪਹਿਲੀ ਵਾਰ ਸੁਣਾਈ ਕਿ ਭਾਜੀ ਆਪਾਂ ਪੰਗਾ ਲੈਣਾ, ਇਹਨੇ ਇੱਦਾਂ ਹੀ ਕਿਹਾ ਮੈਨੂੰ ਕਿ ਭਾਜੀ ਥੋੜ੍ਹੀ ਫਿਲਮ ਕਰਨੀ ਤੁਹਾਡੇ ਨਾਲ। ਅਸੀਂ ਮਿੱਤਰਾਂ ਨੂੰ ਸ਼ੌਂਕ ਤਿਆਰਾਂ ਦੇ ਫਿਲਮ ਦੇ ਸੈੱਟ 'ਤੇ ਮਿਲੇ ਸੀਗੇ, ਸਾਗਰ ਭਾਜੀ ਨੇ ਡਾਇਰੈਕਟ ਕੀਤੀ ਸੀ, ਹੈਪੀ ਜੀ ਡਾਇਰੈਕਸ਼ਨ ਟੀਮ 'ਚ ਸੀਗੇ ਉਦੋਂ, ਉਦੋਂ ਅਸੀਂ ਪਹਿਲੀ ਵਾਰ ਮਿਲੇ ਸੀ। ਉਦੋਂ ਤਾਂ ਮੈਨੂੰ ਲੱਗਦਾ ਸਾਡਾ ਥੋੜ੍ਹਾ ਜਿਹਾ ਇੱਕ ਦੂਜੇ ਵੱਲ ਉਹ ਜਿਹਨੇ ਕਹਿੰਦੇ ਨਾ ਇੱਕ ਸਾਡਾ ਸਿਨੇਮਾ ਵਾਲਾ ਪਿਆਰ ਜਾਗ ਗਿਆ ਸਾਡੇ ਦੋਨਾਂ ਦਾ ਕਿ ਇਕੱਠੇ ਕੰਮ ਕਰਨਾ। ਹੁਣ ਉਹ
ਹੌਲੀ ਹੌਲੀ ਕਰਦੇ ਹਾਂ, ਅੱਜ ਸਬੱਬ ਬਣਿਆ ਕਿ ਅਸੀਂ ਆਹ ਫਿਲਮ ਬਣਾਈ, ਅਤੇ ਸ਼ਾਇਦ ਸਾਡੇ ਦੋਨਾਂ ਦਾ ਟੇਸਟ ਵੀ ਥੋੜ੍ਹਾ ਜਿਹਾ ਇੱਦਾਂ ਦਾ ਕਿ ਜਿਵੇਂ ਹੈਪੀ ਕਹਿੰਦਾ ਹੁੰਦਾ ਕਿ ਭਾਅ ਜੀ 13ਵੀਂ ਜੀ ਫਿਲਮ ਕਰਨੀ ਹੈ, ਕਿ ਫਿਲਮ ਕਰਨੀ, ਇਹਨੂੰ ਪੁੱਛਣਾ ਕਿ ਜਾਨਰ ਕਿਹੜਾ ਤੁਹਾਡੀ ਫਿਲਮ ਦਾ, 13ਵੀਂ ਹੈ। ਹੁਣ ਵੀ ਜਿਹੜੀਆਂ ਸਕ੍ਰਿਪਟ ਸੁਣਾਉਂਦੇ ਨਾ, ਹੁਣ ਜਿਵੇਂ ਅਸੀਂ ਆਏ ਹਾਂ ਤਾਂ ਪ੍ਰਮੋਟ ਇੱਕ ਫਿਲਮ ਕਰਨ ਆਏ ਹਾਂ, ਇਹ ਤਾਂ ਹੋ ਗਈ ਆਹ ਫਿਲਮ ਕਰਨੀ, ਜਦੋਂ ਇਹ ਕਹਾਣੀ ਸੁਣਾਉਂਦਾ ਨਾ ਮੈਂ ਸੋਚਦਾ ਕਿ ਯਾਰ ਹੁਣ ਜਦੋਂ ਪਹਿਲਾਂ ਕਹਾਣੀਆਂ ਤਾਂ ਪਹਿਲਾਂ ਵੀ ਵਧੀਆ ਸੁਣਾਉਂਦੇ ਸੀਗੇ, ਹੁਣ ਅਸੀਂ ਦੇਖ ਲਿਆ ਆਹ ਚੀਜ਼ ਐਗਜੀਕਿਊਟ ਹੋ ਗਈ, ਫਿਲਮ ਬਣ ਗਈ ਇੰਨਾ ਸੋਹਣਾ, ਅਤੇ ਬੜੇ ਵਿਦ ਇਨ ਬਜਟ ਅਤੇ ਬੜੇ ਘੱਟ ਦਿਨਾਂ 'ਚ ਅਸੀਂ ਇਹ ਫਿਲਮ ਬਣਾਈ, ਉੱਥੇ ਇਹਨਾਂ ਦੀ ਟੀਮ ਦਾ ਅਤੇ ਸਾਡੀ ਜਿਹੜੀ ਕੈਮਰਾ ਟੀਮ ਹੈ MJ, ਉਹਨਾਂ ਦਾ ਬੜਾ ਸੋਹਣਾ ਕੰਮ ਨਿਕਲ ਕੇ ਆਇਆ। ਮੇਰਾ ਕੰਮ ਤਾਂ ਦੇਖੋ ਸੌਖਾ ਹੈ ਕੰਪੇਅਰਡ ਬਾਕੀਆਂ ਨਾਲੋਂ, ਕਿ ਮੈਂ ਆਇਆ ਆਪਣੇ, ਮੈਨੂੰ ਪਹਿਲਾਂ ਤੋਂ ਪਤਾ ਕਿ ਵੀ ਮੇਰਾ ਆਰਟਿਸਟ ਇੱਥੇ ਹੈਗਾ, ਮੈਂ ਬਹਿ ਜਾਣਾ ਉਸ ਚੀਜ਼ 'ਚ, ਕਰੀ ਜਾਣਾ ਕਰੀ ਜਾਣਾ, ਜਦੋਂ ਮੈਨੂੰ ਇਹਨਾਂ ਨੇ ਸਾਰਾ ਕੁਝ ਬਾਕੀ ਸੈੱਟ ਕਰਕੇ ਕਹਿਣਾ ਵੀ ਆ ਜਾਓ ਪ੍ਰੀਤ ਵੀਰੇ, ਮੈਂ ਜਾ ਕੇ ਆਪਣਾ ਕੰਮ ਕਰ ਦੇਣਾ, ਉਹ ਸਾਡੀ ਤਿਆਰੀ ਇੰਨੀ ਵਧੀਆ ਸੀ ਕਿ ਮੈਨੂੰ ਲੱਗਦਾ ਕਿ ਅਸੀਂ ਉਸ ਕੈਰੇਕਟਰ ਨਾਲ ਜਸਟਿਸ ਕਰ ਗਏ। ਹੁਣ ਚੰਗਾ ਲੱਗਦਾ ਲੋਕਾਂ ਨੂੰ, ਮਾੜਾ ਲੱਗਦਾ ਤਾਂ ਚਲੋ ਕੱਲ੍ਹ ਨੂੰ ਪਤਾ ਲੱਗ ਜਾਣਾ, ਬਟ ਮੈਨੂੰ ਪਰਸਨਲੀ ਬੜਾ ਵਧੀਆ ਲੱਗਿਆ। ਪਹਿਲਾਂ ਮੈਨੂੰ ਲੱਗਦਾ ਸੀ ਥੋੜ੍ਹਾ ਜਿਹਾ ਡਾਊਟ, ਜਦੋਂ ਟ੍ਰੇਲਰ ਵੀ ਆਇਆ ਪਹਿਲਾਂ ਮੈਂ ਫੋਨ ਲਾ ਕੇ ਹੈਪੀ ਨੂੰ ਕੱਟਤਾ, ਪਹਿਲਾਂ ਮੈਂ ਇਹਨਾਂ ਨੂੰ ਫੋਨ ਕਰਕੇ ਕਹਿਣ ਲੱਗਿਆ ਸੀ ਕਿ ਯਾਰ ਮੇਰਾ ਇੱਕ ਡਾਇਲੋਗ ਤਾਂ ਪਾ ਲੈਂਦਾ ਟ੍ਰੇਲਰ 'ਚ, ਫਿਰ ਮੈਂ 2 ਵਾਰੀ ਹੋਰ ਦੇਖੇ, ਮੈਂ ਕਹਿੰਦੀ ਪਹਿਲਾਂ ਜਦੋਂ ਦੇਖਿਆ ਫੀਲਿੰਗ ਆਈ, ਫਿਰ ਥੋੜ੍ਹਾ ਈਗੋ ਬੋਲਿਆ ਅੰਦਰੋਂ, ਹੈ ਨਾ ਕਿ ਮੇਰਾ ਡਾਇਲੋਗ ਹੀ ਨਹੀਂ, ਮੈਂ ਹੀਰੋ ਹਾਂ ਫਿਲਮ ਦਾ, ਰਾਜ ਦਾ ਪਾਤਾ ਦੇਖੋ, ਫਿਰ ਮੈਂ ਕੁਛ ਚੰਗੀ ਫੀਲਿੰਗ ਵੀ ਆਈ ਜੋ ਟ੍ਰੇਲਰ ਦੇਖਿਆ, ਮੈਂ ਦੁਬਾਰਾ ਦੇਖਿਆ, ਫਿਰ ਮੈਨੂੰ ਸਮਝ ਆਈ, ਫਿਰ ਜਦੋਂ ਨਾਲ ਦੀ ਨਾਲ ਰਿਸਪੌਂਸ ਆਉਣ ਲੱਗ ਪਏ ਨਾ ਕਿ ਭਾਜੀ ਕਿਆ ਬਾਤ ਹੈ ਕਿਆ ਬਾਤ, ਮਜ਼ਾ ਆ ਗਿਆ, ਫਿਰ ਮੈਂ ਹੈਪੀ ਨੂੰ ਗਾਲਾਂ ਨਹੀਂ ਕੱਢੀਆਂ। ਹਾਏ, ਓਵਰਆਲ ਤੁਸੀਂ ਹੈਪੀ ਹੋਏ? ਹੈਪੀ ਤਾਂ ਮੈਂ ਬਹੁਤ ਹੈਪੀ ਰਿਹਾ। ਚਲੋ ਅੱਛੀ ਗੱਲ ਹੈ, ਇਹ ਬਹੁਤ ਜ਼ਰੂਰੀ ਹੁੰਦਾ, ਖਾਸ ਕਰ ਡਾਇਰੈਕਟਰ ਔਰ ਐਕਟਰਸ ਦੀ ਟਿਊਨਿੰਗ। ਸੋ ਇਮੇਜ ਨੂੰ ਲੈ ਕੇ ਬਹੁਤ ਜ਼ਿਆਦਾ ਗੱਲਬਾਤ ਚੱਲ ਰਹੀ ਹੈ ਮੈਮ, ਸ਼ਾਇਦ ਤੁਸੀਂ ਬਹੁਤ ਸਾਰੀਆਂ ਗੱਲਾਂ, ਇਹ ਅਸੀਂ ਸਾਰੇ ਬਹੁਤ ਕੁਛ ਸੁਣਦੇ ਹੁੰਦੇ ਹਾਂ, ਜਦੋਂ ਕਿਸੇ ਪਰਸਨ ਦੀ ਇੱਕ ਇਮੇਜ ਆਪਣੇ ਮਾਇੰਡ 'ਚ ਕ੍ਰੀਏਟ ਕਰ ਲਈ ਜਾਂਦੀ ਹੈ, ਜਿਵੇਂ ਮੈਂ ਅਨੁਰਾਗ ਕਸ਼ਪ ਉਹਨਾਂ ਦਾ ਇੰਟਰਵਿਊ ਸੁਣ ਰਹੀ ਸੀ, ਉਹ ਕਹਿੰਦੇ ਸਾਰਿਆਂ ਨੂੰ ਇੱਦਾਂ ਲੱਗਦਾ ਕਿ ਮੈਂ ਬਹੁਤ ਅਜੀਬ ਤਰ੍ਹਾਂ ਦਾ ਪਰਸਨ ਹਾਂ, ਪਰ ਉਹ ਬਿਲਕੁਲ ਡਿਫਰੈਂਟ ਨੇ। ਤੁਸੀਂ ਹੁਣ ਤੱਕ ਜਿੰਨੇ ਵੀ ਕਰੈਕਟਰਸ ਪਲੇਅ ਕੀਤੇ ਤਾਂ ਸ਼ਾਇਦ ਲੋਕਾਂ ਨੂੰ ਲੱਗਦਾ ਹੁੰਦਾ ਕਿ ਇਹੀ ਪਲੇਅ ਕਰ ਸਕਦੇ ਆ, ਇਸ ਦੀ ਗੱਲ ਕਰ ਲਈ ਜਾਏ, ਜਾਂ ਮੈਨੂੰ ਤੁਹਾਡੀ ਜਿਹੜੀ ਫਿਲਮ ਦਾਣਾ ਪਾਣੀ ਦਾ ਗੱਲ ਮੈਂ ਹਮੇਸ਼ਾ ਕਰਦੀ ਹੁੰਦੀ ਹਾਂ ਕਿ ਉਹ ਮੈਨੂੰ ਬਹੁਤ ਜ਼ਿਆਦਾ ਪਿਆਰਾ ਲੱਗਦਾ ਤੁਹਾਡਾ ਕਿਰਦਾਰ, ਸੋ ਤੁਹਾਡੇ ਲਈ ਕਿਵੇਂ ਦਾ ਹੁੰਦਾ ਕਿ ਜਦੋਂ ਇਸੇ ਚੀਜ਼ ਲਈ ਅਪਰੋਚ ਹੁੰਦਾ ਕਿ ਉਹਨਾਂ ਤੋਂ ਇਹ ਕਰਾਉਣਾ ਉਹ ਇਹੀ ਬੈਟਰ ਕਰ ਸਕਦੇ ਆ, ਬਟ ਐਜ਼ ਐਨ ਐਕਟਰਸ ਤੁਸੀਂ ਜਿੰਨਾ ਜ਼ਿਆਦਾ ਥੀਏਟਰ ਕੀਤਾ ਤੁਹਾਡੇ ਤੋਂ ਕੁਛ ਵੀ ਕਰਵਾਇਆ ਜਾ ਸਕਦਾ ਇੱਕ ਐਕਟਰ ਹੋਣ ਦੇ ਨਾਤੇ। ਇਹ ਇੱਕ ਤਾਂ ਜ਼ਿਆਦਾਤਰ ਤਾਂ ਮੈਨੂੰ ਭਾਬੀਆਂ ਵਾਲੇ ਕਰੈਕਟਰ ਦਿੰਦੇ ਆ ਹਨਾ, ਅਤੇ ਬਟ ਕੁਛ ਕਰਨ, ਜਿਵੇਂ ਹੁਣ ਇਸ ਫਿਲਮ ਦੇ ਵਿੱਚ ਕੁਛ ਕਰਨ ਨੂੰ ਸੀਗਾ ਹਨਾ, ਅਤੇ ਕੰਮ ਭਾਵੇਂ ਥੋੜ੍ਹਾ ਆ ਬਟ ਉਹ ਦਿਖਦਾ। ਹੈਪੀ ਨੇ ਮੈਨੂੰ ਦੱਸਿਆ ਸੀਗਾ ਕਿ 3-4 ਕੀ ਸੀਨ ਨੇ ਦੀਦੀ ਤੁਸੀਂ ਕਰਨੇ ਹਨਾ, ਤੇ ਆਪਾਂ ਇੱਕ ਦਿਨ ਚ ਕਰ ਲਾਂਗੇ, ਇੱਕ ਇਹ ਵੀ ਸੀਗਾ ਆਪਾਂ ਇੱਕ ਦਿਨ ਚ ਕੱਢ ਲੈਣਾ, ਮੈਨੂੰ ਪਤਾ ਉਹ ਕਿਉਂ ਕਿਹਾ ਸੀ, ਪੈਸਿਆਂ ਕਰਕੇ ਕਿਹਾ ਸੀ ਕਿਉਂਕਿ ਸਾਡਾ ਬਜਟ ਘੱਟ ਸੀਗਾ ਫਿਲਮ ਦਾ, ਨਹੀਂ ਚਲੋ ਘੱਟ ਉਹਦੇ ਵਿੱਚ ਸੋਰਸਿਸ ਦੇ ਵਿੱਚ ਅਸੀਂ ਇੱਕ ਅੱਛਾ ਪ੍ਰੋਡਕਟ ਲੈ ਕੇ ਆਏ ਹਾਂ, ਗੱਲ ਤਾਂ ਇਹ ਹੈ। ਗੱਲ ਜਿੱਦਾਂ ਹੁਣ ਤੁਸੀਂ ਕੈਰੈਕਟਰ ਦੀ ਗੱਲ ਕਰਦੇ ਹੋ, ਇਹ ਆਮ ਸਾਡੇ ਲਾਈਫ ਦੇ ਵਿੱਚ ਇੱਦਾਂ ਦੇ ਕੈਰੈਕਟਰਸ ਹੁੰਦੇ ਆ, ਬਚਪਨ ਤੋਂ ਆਲੇ ਦੁਆਲੇ ਦੇਖਦੇ ਆਏ ਹਾਂ, ਸਾਰੇ ਕੈਰੈਕਟਰਸ ਤਾਂ ਉਹੀ ਹੁੰਦੇ ਨੇ ਜਿਹੜੇ ਕਿਸੇ ਰਾਈਟਰ ਨੇ ਚੱਕੇ ਹੁੰਦੇ ਆ ਕੈਰੈਕਟਰ, ਉਹ ਆਲੇ ਦੁਆਲੇ ਤੋਂ ਹੀ ਹੁੰਦੇ ਨੇ, ਸੋ ਉਹਦੇ ਵਿੱਚ ਵਧੀਆ ਲੋਕ ਵੀ ਹੁੰਦੇ ਨੇ, ਘਟੀਆ ਲੋਕ ਵੀ, ਹਰ ਤਰ੍ਹਾਂ ਦੇ ਲੋਕ ਹੁੰਦੇ ਨੇ, ਸਾਈਕੋ ਕਿਸਮ ਦੇ ਵੀ ਹੁੰਦੇ ਨੇ। ਸੋ ਜਿਹੜਾ ਮੇਰਾ ਕੈਰੈਕਟਰ ਹੈ ਉਹ ਇੱਕ ਲਾਲਚੀ ਘਰ ਦੇ ਵਿੱਚ ਭਰਜਾਈ ਦਾ ਕੈਰੈਕਟਰ ਹੈ, ਇੱਕ ਲਾਲਚੀ ਹੈ ਜਿਹਨੂੰ ਇਹ ਲੱਗਦਾ ਕਿ
ਸਾਰਾ ਕੁਛ ਹੀ ਉਹਦਾ ਹੋਵੇ, ਬਹੁਤ ਸਾਰੇ ਹੁੰਦੇ ਨੇ, ਅਕਸਰ ਹੀ ਇਹ ਚੀਜ਼ਾਂ ਹੁੰਦੀਆਂ ਨੇ ਸਾਡੀ ਲਾਈਫ ਦੇ ਵਿੱਚ, ਹਰ ਕੋਈ ਚਾਹੁੰਦਾ ਕਿ ਇਹ ਸਾਰਾ ਕੁਛ ਮੇਰਾ ਹੀ ਹੋਵੇ, ਹੋਰ ਤਾਂ ਬਸ ਜੰਮੇ ਕਿਉਂ ਜੰਮੇ, ਹੈ ਨਾ, ਉਹ ਚੀਜ਼ਾਂ ਹੁੰਦੀਆਂ ਨੇ। ਸੋ ਇੱਦਾਂ ਦਾ ਕੈਰੈਕਟਰ ਸੀਗਾ ਮੈਨੂੰ। ਬਾਕੀ ਹੈਪੀ ਨੇ ਸਾਰਾ ਕਿਹਾ ਸੀ, ਦੀਦੀ ਇਹ ਨਾ ਮੇਰਾ ਇੰਨੀ ਜਾਨ ਕੱਢਣ ਵਾਲੀ ਕਰਤੀ ਹੈਪੀ ਨੇ, ਦੀਦੀ ਹੋਰ ਮੈਨੂੰ ਆਹ ਚਾਹੀਦਾ, ਦੀਦੀ ਮੈਨੂੰ ਐਂ ਚਾਹੀਦਾ, ਮਤਲਬ ਮੈਨੂੰ ਬੇਹੋਸ਼, ਮੈਂ ਬੇਹੋਸ਼ ਹੋ ਗਈ ਕਰਦੇ ਕਰਦੇ, ਐਡਾ ਲਾਊਡ ਕਰੈਕਟਰ ਸੀਗਾ ਉਹ। ਤੇ ਮੈਨੂੰ ਵਾਰ ਵਾਰ ਨਹੀਂ, ਇੱਕ ਵਾਰੀ ਹੋਰ ਮੈਂ ਕਿਹਾ ਮੇਰੀ ਮੇਰੇ 'ਚ ਹੈ ਨਹੀਂ ਹਿੰਮਤ, ਮੇਰੇ 'ਚ ਹਿੰਮਤ ਨਹੀਂ ਹੁਣ, ਹੈ ਨਾ। ਪਰ ਇਹਨਾਂ ਨੇ ਕਰਾ ਕੇ ਹਟੇ, ਪ੍ਰੀਤ ਵੀ ਉੱਥੇ ਸੀ ਉਸ ਟਾਈਮ, ਫਿਰ ਉਹਨਾਂ ਨੇ ਕੌਫੀ ਤੋਂ ਅਰੇਂਜ ਕਰਕੇ ਕੌਫੀ ਪਿਲਾਈ, ਤਾਂ ਮੈਂ ਥੋੜ੍ਹੀ ਜਿਹੀ ਐਨਰਜੈਟਿਕ ਹੋਈ ਅਤੇ ਮੈਂ ਉਹ ਕੀਤਾ। ਮਤਲਬ ਉਹ ਉਹ ਉਹਨੂੰ ਰੀਅਲ ਚਾਹੀਦਾ ਸੀ ਸਾਰਾ ਕੁਛ, ਜੋ ਮਤਲਬ ਉਹਨੂੰ ਚਾਹੀਦਾ ਬਸ, ਅਤੇ ਉਹ ਸੈਟਿਸਫਾਈ ਨਹੀਂ ਹੋ ਰਿਹਾ ਸੀਗਾ। ਮਤਲਬ ਮੈਨੂੰ ਫਸਟ ਟਾਈਮ ਕੋਈ ਡਾਇਰੈਕਟਰ ਇੱਦਾਂ ਦਾ ਸੀਗਾ ਜਿਹੜਾ ਕਹਿ ਰਿਹਾ ਸੀ ਨਹੀਂ ਹੋਰ, ਮੈਨੂੰ ਕਰਕੇ ਮਜ਼ਾ ਆਇਆ। ਕੰਮ ਇੱਕ ਰੀਜ਼ਨ ਸੀਗਾ ਮੈਮ, ਉਹ ਨਾ ਜਿਵੇਂ ਹੁਣ ਕਹਾਣੀ ਦੇ ਵਿੱਚ ਕਰੈਕਟਰ ਤਾਂ ਆਪਾਂ ਕਰ, ਮੈਡਮ ਐਕਟਰ ਤਾਂ ਬੈਸਟ ਹੈਗੀ ਨੇ, ਹਨਾ ਬਿਲਕੁਲ, ਤੇ ਉਹ ਨੋ ਡਾਊਟ ਕਰ ਪਹਿਲੇ ਟੇਕ 'ਚ ਵੀ ਰਹੇ ਸੀਗੇ, ਤੇ ਉਹ ਮਿਲ ਗਈ ਸੀ ਇੱਕ ਨਾ ਪਿੱਚ ਸੀਗੀ ਕਹਾਣੀ ਦੀ, ਜਿੱਥੋਂ ਕਹਾਣੀ ਮੇਰੀ ਤੁਰਨੀ ਸੀ, ਜੋ ਕਰੈਕਟਰ ਉਸ ਲੈਵਲ ਤੇ ਨਹੀਂ ਜਾਣਾ ਸੀ, ਉਹ ਕਹਾਣੀ ਹੋਰ ਉੱਪਰ ਨਹੀਂ ਜਾਣੀ ਸੀ, ਥੱਲੇ ਆ ਜਾਣੀ, ਕਿਉਂਕਿ ਕਹਾਣੀ ਦਾ ਪਾਸਾ ਹੀ ਵਲਟ ਜਾਂਦਾ ਜ਼ਿੰਦਗੀ 'ਚ, ਕਹਿੰਦੇ ਨੇ ਵੀ ਆਪਾਂ ਕਿਸੇ ਤੋਂ ਸ਼ੌਕ ਨਹੀਂ ਹੋ ਜਾਂਦੇ ਯਾਰ, ਉਹ ਚੀਜ਼ ਐ ਅੱਛਾ ਹੈ, ਟਰਨਿੰਗ ਪੁਆਇੰਟ ਸੀਗਾ, ਟਰਨਿੰਗ ਪੁਆਇੰਟ ਹੋ ਗਿਆ ਜਾਂ ਕੁਝ ਵੀ ਕਹਿ ਲਈ ਆਪਾਂ, ਉਹ ਬਹੁਤ ਜ਼ਰੂਰੀ ਸੀਗਾ। ਪਰ ਜਦੋਂ ਮੈਡਮ ਗਏ, ਉਹ ਸੋਰੀ ਮੰਗਦਾ, ਪਰ ਮੈਂ ਬਟ ਕੀ ਕਰਦਾ ਫਿਰ, ਮੈਨੂੰ ਲੋੜ ਸੀ ਉਸ ਚੀਜ਼ ਦੀ, ਤੇ ਮੈਡਮ ਨੇ ਕਰਿਆ। ਤੇ ਜਦੋਂ ਅੱਧਾ ਘੰਟਾ ਜਦੋਂ ਮੈਂ ਇਹਨਾਂ ਨੂੰ ਕਰਨ ਤੋਂ ਬਾਅਦ, ਟੇਕ ਤੋਂ ਬਾਅਦ, ਮੈਂ ਇਹਨਾਂ ਨੂੰ ਦੇਖ ਵੀ ਰਿਹਾ ਸੀਗਾ ਵੀ ਮੈਡਮ ਠੀਕ ਨੇ, ਵੀ ਓਕੇ ਆ ਨਾ, ਵੀ ਕੁਛ ਗਲਤ, ਕਿਉਂਕਿ ਨਰਵਸ ਹੁੰਦਾ ਹੀ ਆ, ਮੈਂ ਨੀਚੇ ਹੀ ਬੈਠ ਗਈ ਸੀ, ਮਤਲਬ ਘੰਟਾ ਵੱਧ ਜਾਂਦਾ ਹੈ ਨਾ ਬੰਦੇ ਦਾ, ਵੀ ਹਾਈਪਰ ਹੋ ਜਾਂਦਾ ਜਦੋਂ ਬੰਦੇ ਦਾ, ਇਹ ਨੈਚੁਰਲੀ ਗੱਲ ਆਪਣੇ ਆਪ 'ਚ ਹੀ ਨਹੀਂ ਰਹੀ ਸੀ ਸੀਨ 'ਚ, ਇਹ ਹੋ ਗਿਆ ਸੀ, ਹਾਂ ਸੀਨ ਸੀ, ਮਤਲਬ ਬਹੁਤ ਵਧੀਆ ਕੰਮ ਕਰਾਇਆ ਹੈਪੀ ਨੇ, ਤੇ ਮੈਂ ਖੁਸ਼ ਹਾਂ ਕਿ ਮੈਂ ਇਸ ਫਿਲਮ ਦਾ ਹਿੱਸਾ। ਚਲੋ ਘੱਟ ਕਰੋ ਪਰ ਵਧੀਆ, ਉਸ ਨੂੰ ਇਦਾਂ ਲੱਗਦਾ ਸੀ ਕਿ ਬਾਕੀ ਸ਼ਾਇਦ ਉਹ ਸਾਰਾ ਹੀ ਲੜਦੀ ਹੈ, ਕਿ ਜੇ ਇਹਨਾਂ ਤੇ ਕੁਝ ਹੱਥ ਜਾ ਕੇ ਤਾਂ ਮੇਰੇ ਮਾਰ ਦੇ ਸਕਦੇ, ਇੰਨਾ ਉਸ ਚੀਜ਼ ਆਪਣੇ ਕੈਰੇਕਟਰ 'ਚ ਸੀਗੇ ਉਸ ਟਾਈਮ। ਫਿਰ ਆਈ ਥਿੰਕ ਇਹੋ ਜਿਹੀ ਸ਼ੂਟਿੰਗ ਦੇਖਣਾ ਤਾਂ ਆਪਣੇ ਆਪ 'ਚ ਬਹੁਤ ਜ਼ਿਆਦਾ ਮਜ਼ੇਦਾਰ ਹੁੰਦਾ ਹੈ, ਕਿਉਂਕਿ ਕਈ ਵਾਰ ਡਰਾਮਾ ਹੀ ਸਭ ਕੁਛ ਨਜ਼ਰ ਆ ਰਿਹਾ ਹੁੰਦਾ ਜਿਹਦੀ ਗੱਲ ਆਪਾਂ ਸਾਰੇ ਕਰ ਰਹੇ ਹਾਂ। ਮੇਰਾ ਸਵਾਲ ਹੁਣ ਤੁਹਾਡੇ ਤੋਂ ਹੈ, ਜਿਹੜਾ ਤੁਹਾਨੂੰ ਸੁਣਨ ਤੋਂ ਬਾਅਦ ਮੇਰੇ ਮਨ 'ਚ ਆਇਆ ਸੀ, ਤੁਸੀਂ ਕਿਹਾ ਕਿ ਅਸੀਂ ਸਿਰਫ ਇੱਕ ਲੈ 'ਚ ਲੱਗੇ ਹੋਏ ਹਾਂ ਕਿ ਇੱਦਾਂ ਇੱਦਾਂ ਚੀਜ਼ਾਂ ਚੱਲ ਰਹੀਆਂ, ਠਹਿਰਾਓ ਦੀ ਗੱਲ ਹੋ ਰਹੀ ਸੀ, ਜ਼ਿੰਦਗੀ 'ਚ ਠਹਿਰਾਓ ਜ਼ਰੂਰੀ ਹੈ, ਤੁਸੀਂ ਮੰਨਦੇ ਹੋ ਕਿ ਫਿਲਮ ਇੰਡਸਟਰੀ ਦੇ ਤਮਾਮ ਤਰ ਲੋਕਾਂ ਨੂੰ, ਖਾਸ ਕਰ ਮਤਲਬ ਜੋ ਪੈਸਾ ਇਨਵੈਸਟ ਕਰਦੇ ਆ, ਉਹਨਾਂ ਸਾਰਿਆਂ ਨੂੰ ਬੈਠ ਕੇ ਸੋਚਣ ਦੀ ਜ਼ਰੂਰਤ ਹੈ, ਥੋੜ੍ਹਾ ਸਬਰ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਵਧੀਆ ਕਹਾਣੀਆਂ ਚੁਣੀਏ, ਤਾਂ ਕਿ ਸਾਡਾ ਸਿਨੇਮਾ ਅਸੀਂ ਕਹਿ ਰਹੇ ਹਾਂ ਗਰੋ ਕਰ ਰਿਹਾ, ਪਰ ਵਾਕਿਆ ਹੀ ਉਸ ਲੈਵਲ ਦਾ ਗਰੋ ਕਰੇ ਜਿੱਥੇ ਬਜਟ ਵੀ ਵੱਡੇ ਹੋਣ ਅਤੇ ਜਿੱਥੇ ਤਮਾਮ ਤਰ ਥੀਏਟਰ ਦੇ ਐਕਟਰਸ ਹਿੱਸੇਦਾਰੀ ਪਾ ਸਕਣ। ਦੇਖੋ, ਇਹ ਤੁਹਾਡਾ ਸਵਾਲ ਦੇ ਵਿੱਚ ਹੀ ਜਵਾਬ ਆ। ਮੈਂ ਚਾਹੁੰਦਾ ਜਿਹੜਾ ਤੁਸੀਂ ਸਵਾਲ ਕੀਤਾ ਇਹੀ ਉਹਦਾ ਆਂਸਰ ਆ ਵੀ ਹਾਂ ਇੱਦਾਂ ਕਰੋ, ਇੱਦਾਂ ਕਰੋ ਭਾਈ। ਇਹ ਸਵਾਲ ਤੁਹਾਡੇ ਲਈ ਹੈ, ਥੋੜ੍ਹਾ ਜਿਹਾ ਰੁਕੋ, ਰੁਕੋ, ਸੋਚੋ, ਸਮਝੋ, ਦੇਖੋ, ਨਾ ਹੀ ਲੱਗਣਾ ਬਣੋ ਕਿਸੇ ਦੇ ਸਬਜ ਬਾਗ ਦਿਖਾਉਣ ਵਾਲੇ ਬੰਦੇ ਦੀਆਂ ਗੱਲਾਂ ਵਿੱਚ, ਨਾ ਰਿਐਲਿਟੀ ਨੂੰ ਦੇਖੋ, ਹੈ ਨਾ। ਸਿਆਣਿਆਂ ਨੇ ਇੱਕ ਗੱਲ ਕਹੀ ਹੈ, ਮੈਂ ਪਹਿਲਾਂ ਉਹਨੂੰ ਜਦੋਂ ਆਪਾਂ ਜੋਸ਼ 'ਚ ਹੁੰਦੇ ਹਾਂ ਉਦੋਂ ਕਹਿੰਦੇ ਹੁੰਦੇ, ਨਹੀਂ ਯਾਰ ਮੈਂ ਪੈਰ ਹੀ ਇੰਨੇ ਪਸਾਰ ਲਵਾਂਗੇ, ਚਾਦਰ ਵੱਡੀ ਕਰ ਲਓ। ਪਰ ਸਿਆਣੇ ਨੇ ਨਿਚੋੜ ਕੱਢਿਆ ਕਿ ਚਾਦਰ ਦੇਖ ਕੇ ਪੈਰ ਪਸਾਰੋ, ਜਿੰਨੀ ਕੁ ਸਾਡੀ ਆਡੀਅੰਸ ਆ, ਜਿੰਨਾ ਕੁ ਸਾਡਾ ਬਜਟ ਆ, ਉਹਦੇ ਹਿਸਾਬ ਨਾਲ ਚੱਲਣਾ ਚਾਹੀਦਾ। ਹੁਣ
ਤੁਸੀਂ ਦੇਖੋ ਹੋਲੀਵੁੱਡ ਲਈ ਸਾਰੀ ਦੁਨੀਆ, ਬਾਲੀਵੁੱਡ ਲਈ ਪੂਰਾ ਇੰਡੀਆ, ਅਤੇ ਪੰਜਾਬ ਲਈ ਤਾਂ ਇਕੱਲਾ ਪੰਜਾਬ, ਵੱਧ ਤੋਂ ਵੱਧ ਥੋੜ੍ਹਾ ਜਿਹਾ ਹਿਮਾਚਲ ਹਰਿਆਣਾ ਜਿਨ੍ਹਾਂ ਨੂੰ ਪੰਜਾਬੀ ਆਉਂਦੀ। ਫਿਰ ਅਸੀਂ ਬਜਟ ਇੰਨਾ ਉੱਪਰ ਕਿਉਂ ਲੈ ਕੇ ਜਾਈਏ ਜੇ ਸਾਡੀ ਆਡੀਅੰਸ ਨਹੀਂ ਹੈ? ਠੀਕ ਹੈ, ਹਾਂ, ਜਾਂ ਤੁਸੀਂ ਉਹਨੂੰ ਉਸ ਲੈਵਲ ਤੱਕ ਇਹ ਕਰਨਾ ਵਰਲਡ ਵਾਈਡ ਰਿਲੀਜ਼ ਕਰਨੀ ਹੈ ਤਾਂ ਉਸ ਲੈਂਗੁਏਜ ਡੱਬ ਕਰਨੀ ਪੈਣੀ ਹੈ। ਹੋਲੀਵੁੱਡ ਲਈ ਜਾਣਾ ਤਾਂ ਉਹਨਾਂ ਦਾ ਓਡਾ ਵੱਡਾ ਟ੍ਰੀਟਮੈਂਟ ਦੇਣਾ ਪੈਣਾ, ਫਿਰ ਪ੍ਰਮੋਸ਼ਨ ਵੀ ਕਰਨੀ ਪੈਣੀ ਹੈ, ਉਹ ਰਿਸਕ ਆ। ਪਰ ਜੋ ਚੱਲ ਰਿਹਾ ਉਹ ਮੈਨੂੰ ਲੱਗਦਾ ਵੀ ਚਲੰਤਰ ਹੈ, ਵੀ ਹਾਂ ਇੱਦਾਂ ਆ, ਆਹ ਠੀਕ ਹੈ ਜੀ, ਆਹ ਬ੍ਰਾਂਡ ਬਣ ਗਿਆ, ਵੱਡਾ ਸਟਾਰ ਲੈ ਲਿਆ, ਇਹਦੇ ਚਿਹਰੇ ਨੂੰ ਮਿਲ। ਫਿਰ ਬਾਅਦ ਤੁਸੀਂ, ਮੈਂ ਇੱਕ ਸਵਾਲ ਕਰਦਾ ਹੁੰਦਾ ਹਮੇਸ਼ਾ, ਨਵਾਂ ਪ੍ਰੋਡਿਊਸਰ ਜਿਹੜਾ ਆਉਂਦਾ ਕੀ ਉਹ ਦੁਬਾਰੇ ਆਇਆ ਕਦੇ? ਜੇ ਉਹ ਦੁਬਾਰੇ ਆਇਆ ਤਾਂ ਮਤਲਬ ਠੀਕ ਹੈ, ਫਿਰ ਤੁਸੀਂ ਪਾਸ ਹੋ। ਜੇ ਨਹੀਂ ਆ ਰਿਹਾ ਤਾਂ ਕਮੀ ਸਾਡੇ 'ਚ ਆ, ਅਸੀਂ ਆਪਣੇ ਪ੍ਰੋਡਕਸ਼ਨ ਹਾਊਸ ਖੜ੍ਹੇ ਕਰ ਲਏ ਲੋਕਾਂ ਦੇ ਪੈਸਿਆਂ 'ਤੇ, ਅਸੀਂ ਆਪਣੇ ਪ੍ਰੋਡਕਸ਼ਨ ਹਾਊਸਾਂ ਦੀਆਂ ਫਿਲਮਾਂ ਕਰ ਰਹੇ ਹਾਂ, ਪਰ ਨਵਾਂ ਪ੍ਰੋਡਿਊਸਰ ਇੱਕ ਵਾਰੀ ਆਉਂਦਾ, ਦੁਬਾਰੇ ਨਹੀਂ ਆਉਂਦਾ। ਇਹ ਸਵਾਲ ਮੈਂ ਉਹਨਾਂ ਨੂੰ, ਵੱਡੇ ਫਿਲਮ ਮੇਕਰਾਂ ਨੂੰ ਕਰ ਬੇਨਤੀ ਕਰਦਾ, ਰਿਕੁਐਸਟ ਕਰਦਾ ਕਿ ਅਸੀਂ ਤੁਹਾਡਾ ਮੁਕਾਬਲਾ ਤਾਂ ਨਹੀਂ ਕਰ ਸਕਦੇ, ਪਰ ਹਾਂ ਤੁਸੀਂ ਪੰਜਾਬੀ ਸਿਨੇਮੇ ਨੂੰ, ਪੰਜਾਬੀ ਇੰਡਸਟਰੀ ਨੂੰ ਉਸ ਲੈਵਲ ਤੱਕ ਲਿਜਾ ਸਕਦੇ ਹੋ ਕਿ ਤੁਸੀਂ ਥੋੜ੍ਹਾ ਜਿਹਾ ਰਿਸਕ ਲੈਣਾ। ਉਹ ਰਿਸਕ ਤੁਹਾਨੂੰ, ਤੁਹਾਡੇ ਜੀਵਨ ਨੂੰ, ਤੁਹਾਡੇ ਪਰਿਵਾਰ ਨੂੰ ਖਤਮ ਨਹੀਂ ਕਰੂਗਾ, ਪਰ ਹਾਂ ਤੁਸੀਂ ਇੱਦਾਂ ਇਹ ਫੈਸਲੇ ਲੈ ਰਹੇ ਹੋ ਜਿਹੜੇ ਵਿੱਚ ਆਮ ਆਰਟਿਸਟ ਨੇ ਜਿਹੜੇ ਡਿਪਰੈਸ਼ਨ 'ਚ ਜਾ ਰਹੇ ਨੇ ਅਤੇ ਆਪਣੀ ਜੀਵਨ ਲੀਲਾ ਖਤਮ ਕਰ ਰਹੇ ਨੇ। ਆਹ ਹੁਣੇ ਦੋ ਤਿੰਨ ਦਿਨ ਪਹਿਲਾਂ ਇਹ ਗੱਲ ਹੋ ਕੇ ਹਟੀ ਹੈ, ਤੁਹਾਨੂੰ ਪਤਾ ਰਣਦੀਪ ਭੰਗੂ ਇੱਕ ਆਰਟਿਸਟ ਜੀ, ਬਹੁਤ ਪਿਆਰਾ ਇਨਸਾਨ, ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹ ਗੱਲਾਂ ਨੇ ਜਿਹੜੀਆਂ, ਇਹ ਸਾਨੂੰ ਸੋਚ ਵਿਚਾਰ ਕਰਨਾ ਚਾਹੀਦਾ ਕਿ ਸਾਰਿਆਂ ਨੂੰ ਕੰਮ ਮਿਲੇ, ਸਾਰੇ ਬੰਦੇ ਆਪਣਾ ਚੁੱਲ੍ਹਾ ਚਲਾਉਣ, ਪਰਿਵਾਰ ਪਾਲਣ। ਜੇ ਪ੍ਰੋਡਿਊਸਰ ਖਤਮ ਹੋ ਗਏ ਤਾਂ ਇੰਡਸਟਰੀ ਕਿੱਥੋਂ ਚੱਲੇਗੀ? ਇਹ ਬੇਨਤੀ ਹੈ ਕਿ ਤੁਹਾਡਾ ਕਹਿਣਾ, ਸੋਚੋ, ਠਹਿਰੋ, ਸਮਝੋ ਅਤੇ ਸਾਹਿਤ ਨੂੰ ਪੜ੍ਹੋ, ਸਿਆਣੇ ਲੋਕਾਂ ਨਾਲ ਗੱਲਬਾਤ ਕਰੋ ਅਤੇ ਸਿਆਣੇ ਦੀ ਬਜਾਏ ਆਮ ਲੋਕਾਂ ਨਾਲ ਵੀ ਗੱਲ ਕਰੋ, ਜੋ ਲੋਕ ਚਾਹੁੰਦੇ ਨੇ ਉਹ ਚੀਜ਼ ਪੇਸ਼ ਕਰੋ, ਆਪਣੇ ਆਪ ਹਿੱਟ ਹੋ ਜਾਣੀਆਂ ਚੀਜ਼ਾਂ, ਆਪਣੇ ਆਪ ਕੰਮ ਹੋ ਜਾਣੇ ਨੇ। ਸਿਰਫ ਇਸੇ ਟੋਪਿਕ ਤੇ ਬਹੁਤ ਜ਼ਿਆਦਾ ਗੱਲਬਾਤ ਹੋ ਸਕਦੀ ਹੁੰਦੀ ਹੈ ਕਿਉਂਕਿ ਇੰਡਸਟਰੀ 'ਚ ਇਹੋ ਜਿਹਾ ਬਹੁਤ ਕੁਛ ਹੈ, ਹਰ ਇੰਡਸਟਰੀ ਦੇ ਵਿੱਚ ਹੁੰਦਾ, ਪਰ ਸਾਡੀ ਇੰਡਸਟਰੀ ਦੇ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਕਮੀਆਂ 'ਤੇ ਗੱਲ ਹੋਵੇ। ਹਰ ਜ਼ਿਆਦਾਤਰ ਲੋਕ ਐਕਟਰ ਬਣਨਾ ਚਾਹੁੰਦੇ ਹੁੰਦੇ ਨੇ, ਮੇਰਾ ਸਵਾਲ ਤੁਹਾਨੂੰ ਹੈ, ਤੁਸੀਂ ਡਾਇਰੈਕਟਰ ਬਣਨ ਦਾ ਖਾਬ ਕਿਉਂ ਵੇਖਿਆ ਜਾਂ ਇੰਨਾ ਪ੍ਰੋਫੈਸ਼ਨਲਿਸਟ ਕਿਉਂ ਬਣਨਾ ਚਾਹੁੰਦੇ ਹੋ ਜਿੰਨੇ ਰੀਟੇਕ ਤੁਸੀਂ ਇਹਨਾਂ ਤੋਂ ਕਰਵਾਏ? ਦੇਖੋ ਮੈਂ ਜੇ ਆਪਣੀ ਗੱਲ ਕਰਾਂ, ਮੈਂ ਇੱਕ ਦਿਨ 'ਚ ਡਾਇਰੈਕਟਰ ਨਹੀਂ ਬਣਿਆ, ਨਾ ਹੀ ਮੇਰਾ ਕੋਈ ਸੁਪਨਾ ਸੀ ਵੀ ਮੈਂ ਡਾਇਰੈਕਟਰ ਬਣਾ। ਮੈਂ ਇੰਡਸਟਰੀ ਦੇ ਵਿੱਚ ਐਜ਼ ਏ ਬੈਕ ਡਾਂਸਰ ਆਇਆ ਸੀ। ਅੱਛਾ, ਮੈਂ ਤੁਹਾਨੂੰ ਹਰੇਕ ਪੰਜਾਬੀ ਫਿਲਮ ਦੇ ਵਿੱਚ, ਹਰੇਕ ਵੱਡੇ ਸਟਾਰ ਨਾਲ, ਇੱਥੋਂ ਤੱਕ ਬੋਲੀਵੁੱਡ ਤੱਕ ਬੈਕ ਡਾਂਸਰ ਆਪਣਾ ਕੈਰੀਅਰ ਸਟਾਰਟ ਕੀਤਾ ਸੀ। ਉਹ ਮੈਨੂੰ ਐਜ਼ ਏ ਡਾਂਸਰ, ਮੈਂ 100 ਦੇ ਵਿੱਚ ਹੁੰਦਾ ਸੀ ਪਿੱਛੇ, 100 ਤੋਂ ਮੈਨੂੰ ਉਹਨਾਂ ਨੇ ਪਹਿਲੇ 'ਚ ਲਾਤਾ, ਪਰ ਉੱਥੋਂ ਸੁਪਨੇ ਬੁਣਦੇ ਗਏ ਨਾ, ਜਿੱਥੇ ਲੈ ਕੇ ਆਉਣਾ ਸੀ ਇੱਥੇ ਲੈ ਕੇ ਆਉਣਾ ਸੀ, ਪਰਮਾਤਮਾ ਨੇ ਰੋਜ਼ੀ ਰੋਟੀ ਇੱਥੇ ਤੱਕ ਜੁੜੀ ਹੋਈ ਸੀ। ਘਰ ਬਾਰ ਛੱਡਤਾ, ਘਰਦੇ ਕਹਿੰਦੇ ਸੀ ਹੁਣ ਭੰਗੜਾ ਤੈਨੂੰ ਰੋਟੀ ਥੋੜ੍ਹੀ ਦਊਗਾ। ਫਿਰ ਸੋਚਿਆ ਵੀ ਯਾਰ ਨਹੀਂ, ਕੁਛ ਹੋਰ ਸਿੱਖ ਲਈਏ, ਠੀਕ ਹੈ। ਫਿਰ ਅਸਿਸਟੈਂਟ ਕੋਰੀਓਗ੍ਰਾਫਰ ਬਣ ਗਏ, ਕਈ ਇਵੈਂਟ ਕੋਰੀਓਗ੍ਰਾਫ ਕੀਤੇ, ਗਾਣੇ ਕੀਤੇ, ਫਿਰ ਐਜ਼ ਏ ਐਕਟਰ ਵੀ ਮੈਨੂੰ ਕੰਮ ਦੇਣ ਲੱਗ ਗਏ, ਜਿਹੜੇ ਕਿ ਬਹੁਤ ਹਿੱਟ ਗਾਣੇ ਰਹੇ ਨੇ ਪੰਜਾਬੀ ਇੰਡਸਟਰੀ ਦੇ ਵਿੱਚ, ਉਹ ਕੀਤੇ ਮੈਂ, ਟਾਈਮ ਟੇਬਲ ਵਰਗੇ, ਜ਼ਿੰਦਗੀ ਤਬਾਹ, ਮੋਟੀਵੇਸ਼ਨ ਸੌਂਗ ਬਹੁਤ ਜ਼ਿਆਦਾ ਕੀਤੇ, ਫਿਰ ਗਾਣੇ ਡਾਇਰੈਕਟ ਕੀਤੇ, ਠੀਕ ਹੈ ਨਾ, ਸੀਰੀਅਲ ਕੀਤੇ। ਉਹ ਹੌਲੀ ਹੌਲੀ ਜਦੋਂ ਸਟੈਪ ਬਾਏ ਸਟੈਪ ਕੀਤਾ, ਇੱਕਦਮ ਨਹੀਂ ਆਇਆ ਵੀ ਅਸਿਸਟੈਂਟ ਡਾਇਰੈਕਟਰ ਵੀ ਕਰਿਆ, ਇੱਦਾਂ ਦੇ ਡਾਇਰੈਕਟਰ ਨਾਲ ਵੀ ਕੰਮ ਕੀਤਾ ਜਿਹੜੇ ਬਹੁਤ ਇੰਟੈਲੀਜੈਂਟ ਸੀਗੇ, ਵੀ ਯਾਰ ਵੀ ਇਹਨਾਂ ਨਾਲ ਖੜਨਾ ਹੀ ਬਹੁਤ ਵੱਡੀ ਗੱਲ ਸੀਗੀ।
ਇਹ ਜੇ ਡਾਇਰੈਕਟਰ ਨਾਲ ਵੀ ਕੰਮ ਕੀਤਾ ਵੀ ਠੀਕ ਹੈ ਬਹੁਤ ਹੀ ਪੈਸੇ ਦੀ ਨੀਡ ਸਭ ਨੂੰ ਬਿਲਕੁਲ ਕਰਤਾ ਚਲਾਉਣਾ ਹੀ ਹੈ ਕਿਵੇਂ ਚੱਲ ਆ ਜਾਂਦੇ ਉਹ ਚੀਜ਼ ਸੀਗੀ ਇਸ ਕਰਕੇ ਵੀ ਕੋਈ ਵੀ ਚੀਜ਼ ਇੱਕਦਮ ਨਹੀਂ ਮਿਲਦੀ ਹੈਗੀ ਜੇ ਪਰਛਾਵਾਂ ਫਿਲਮ ਕਰਨ ਲਈ ਉਦੋਂ ਪਹਿਲਾਂ ਸਾਜ ਫਿਲਮ ਕੀਤੀ PTC ਦੀ ਬਾਕਸ ਆਫਿਸ ਦੀ ਛੋਟੀ ਫਿਲਮ ਲਈ ਲੋਕ ਸਾਜਾਂ ਤੇ ਬਣਾਈ ਸੀ ਕੋਈ ਕਹਿਣ ਦਾ ਮਤਲਬ 13ਵੀਂ ਜੀ ਹੈਨਾ ਵੀ ਗੁਰੂ ਚੇਲੇ ਦੀ ਕਹਾਣੀ ਲੋਕ ਸਾਜਾਂ ਤੇ ਭਾਈ ਮਰਦਾਨਾ ਜੀ ਨੂੰ ਲੈ ਕੇ ਜਾਂ ਉਹ ਗੁਰੂ ਸਾਹਿਬ ਦਾ ਕੀ ਰਿਸ਼ਤਾ ਸੀਗਾ ਹੈਨਾ ਮਿੱਤਰਾਂ ਸ਼ੌਂਕ ਹਥਿਆਰਾਂ ਦੇ ਸੈੱਟ ਤੇ ਸਾਗਰ ਸ਼ਰਮਾ ਸਰ ਨਾਲ ਮੈਂ ਕੀਤਾ ਐਸੋਸੀਏਟ ਤੇ ਪ੍ਰੀਤ ਵੀਰੇ ਨੇ ਸ਼ਾਇਦ ਪ੍ਰੀਤ ਵੀਰੇ ਨੂੰ ਵੀ ਨੀ ਪਤਾ ਪ੍ਰੀਤ ਵੀਰੇ ਨੇ ਪਹਿਲੀ ਟੇਕ ਦਿੱਤਾ ਸੀ ਮੋਟਰਸਾਈਕਲ ਤੇ ਜਦੋਂ ਤੁਸੀਂ ਉਹ ਗਲੀ ਦੇ ਵਿੱਚ ਇੱਕ ਸਟਰੀਟ ਦੇ ਵਿੱਚ ਖੜੇ ਨੇ ਤੇ ਉੱਥੇ ਵੀਰਾ ਖੜਾ ਤੇ ਬਾਈ ਦੇ ਵਾਲ ਵੱਡੇ ਸੀ ਉਹ ਤੇ ਮੈਂ ਮੋਨੀਟਰ ਤੇ ਬੈਠਾ ਵੀਰੇ ਨੇ ਐਂਟਰੀ ਕੀਤੀ ਇੱਦਾਂ ਕਰਿਆ ਦੋ ਸੀਨ ਦੇਖੇ ਮੇਰੇ ਮਨ ਚ ਉਦੋਂ ਰਿਐਲਿਟੀ ਆਇਆ ਮੂੰਹ ਤੇ ਨੀ ਮੈਂ ਉਦੇ ਦਾ ਸੋਚ ਲਿਆ ਮੈਂ ਕਿਹਾ ਵੀਰੇ ਨਾਲ ਫਿਲਮ ਕਰਨੀ ਆ ਵੀਰੇ ਨਾਲ ਜ਼ਰੂਰ ਫਿਲਮ ਕਰਨੀ ਆ ਫਿਰ ਵੀਰਾ ਹੋਟਲ ਚ ਮੈਂ ਵੀਰੇ ਨੂੰ ਲੈਣ ਗਿਆ ਮੈਂ ਕਿਹਾ ਵੀਰੇ ਆਪਾਂ ਫਿਲਮ ਕਰਾਂਗੇ ਵੀਰਾ ਕਹਿੰਦਾ ਹਾਂ ਹਾਂ ਠੀਕ ਹੈ ਕਰਾਂਗੇ ਕੋਈ ਪਰ ਉਦੋਂ ਮੇਰੇ ਤਾਂ ਮਨ ਚ ਮੈਂ ਤਾਂ ਸੀਰੀਅਸ ਹੀ ਸੀਗਾ ਇਸ ਚੀਜ਼ ਨੂੰ ਲੈ ਕੇ ਤੇ ਮੈਨੂੰ ਪਤਾ ਸੀਗਾ ਵੀ ਜਿਹੜਾ ਕਰੈਕਟਰ ਲੁੱਕ ਵੀਰੇ ਦੀ ਇਸ ਫਿਲਮ ਚ ਹੈ ਜੈਸਟ ਹੈਗਾ ਚਾਰ ਚਾਰ ਪੰਜ ਪੰਜ ਘੰਟੇ ਫੋਨ ਤੇ ਗੱਲ ਕਰਦੇ ਸੀ ਅਜੇ ਫਿਲਮ ਪਤਾ ਹੀ ਨੀ ਕਿਹਨੇ ਪ੍ਰੋਡਿਊਸ ਕਰਨੀ ਹੈ ਕਿਹਨੇ ਕੀ ਕਰਨਾ ਬਟ ਮੈਨੇ ਕਰੈਕਟਰ ਡਿਸਾਈਡ ਕਰ ਲਿਆ ਸੀ ਵੀ ਵੀਰੇ ਨੂੰ ਮੈਂ ਫੋਨ ਤੇ ਚਾਰ ਚਾਰ ਘੰਟੇ ਕਹਿਣਾ ਵੀਰੇ ਐਂ ਹੋਊਗਾ ਐਂ ਹੋਊਗਾ ਐਂ ਹੋਊਗਾ ਏਦਾਂ ਹੋਊਗਾ ਹਨਾ ਤਾਂ ਵੀਰਾ ਵੀ ਕਹਿੰਦਾ ਹਾਂ ਯਾਰ ਪਰ ਵੀਰਾ ਵੀ ਫੋਨ ਨਹੀਂ ਕੱਟਦਾ ਸੀਗਾ ਮਜ਼ਾ ਆਉਂਦਾ ਸੀ ਕਹਿੰਦਾ ਯਾਰ ਹੋਰ ਭੈਣ ਨੂੰ ਕਦੋਂ ਸੋਚਿਆ ਸੀ ਭੈਣ ਨੂੰ ਤੇ ਕੱਲ ਛੁੱਟਦਾ ਇਹ ਰੋਲ ਤਾਂ ਮੈਡਮ ਨਹੀਂ ਕਰਦਾ ਸਭ ਤੋਂ ਵੱਡਾ ਇਹ ਸੀਗਾ ਟਰਸਟੀ ਬਹੁਤ ਹੈ ਨਾ ਮੈਨੂੰ ਮਿਹਨਤ ਕਰਦੇ ਵੀ ਦੇਖਿਆ ਨਾ ਅਸੀਂ 2015 ਮੈਨੂੰ ਉੱਥੋਂ ਜੇ ਦੇਖਿਆ ਵੀ ਵੀਰਾ ਵੀ ਮੈਂ ਇੱਕ ਫਿਲਮ ਐ ਜੇ ਕੋਸਟਿਊਮ ਜਿਹੜੀ ਕੀਤੀ ਆ ਮੈਂ ਜੁੱਤੀਆਂ ਚੱਕਦਾ ਸੀਗਾ ਉੱਥੇ ਮੈਂ ਕਿਹਾ ਕਿ ਤੂੰ ਕਿਉਂ ਚੱਕਦਾ ਹੈ ਮੈਂ ਕਿਹਾ ਜੀ ਨਹੀਂ ਮੈਨੂੰ ਮਜ਼ਾ ਆਉਂਦਾ ਹੈ ਨਾ ਮੈਨੂੰ ਪਤਾ ਲੱਗੂ ਕੋਸਟਿਊਮ ਡਿਪਾਰਟਮੈਂਟ ਕੀ ਆ ਮੈਂ ਰੋਕਿਆ ਸੀ ਨਾ ਉਦੋਂ ਮੈਂ ਕਿਹਾ ਨਾ ਜੁੱਤੀ ਮੈਂ ਕਿਹਾ ਨਾ ਜੁੱਤੀ ਨਹੀਂ ਚੱਕਦਾ ਕੋਸਟਿਊਮ ਬਿਊਟੀ ਫਿਲ ਹਰੇਕ ਡਿਪਾਰਟਮੈਂਟ ਦੀ ਨੋਲੇਜ ਹੋਣੀ ਚਾਹੀਦੀ ਆ ਹਨਾ ਤਾਂ ਇੱਕ ਮੁਕੰਮਲ ਡਾਇਰੈਕਟਰ ਬਣਦਾ ਉਹ ਜੇ ਮੈਂ ਬਣਿਆ ਨਹੀਂ ਹੈਗਾ ਜੇ ਵੀ ਮੈਂ ਸਿੱਖਦਾ ਚਲੋ ਟਾਈਮ ਹੁੰਦਾ ਹੈ ਬੰਦਾ ਸਿੱਖਦਾ ਤਾਂ ਸਾਰੀ ਜ਼ਿੰਦਗੀ ਰਹਿੰਦਾ ਉਹ ਤਾਂ ਚੱਲੀ ਜਾਂਦਾ ਉਹ ਕੋ ਪ੍ਰੋਸੈਸ ਹੈ ਸਿੱਖਣ ਦਾ ਉਹ ਫਿਲਮ ਮੈਂ ਕਹਿੰਦਾ ਵੀ ਪਰਛਾਵਾਂ ਦੇਖੋਗੇ ਤੁਹਾਨੂੰ ਉਹ ਆਪਣਾ ਜਵਾਕ ਦਾ ਵਧੀਆ ਲੱਗਦਾ ਹੁੰਦਾ ਹਨਾ ਵੀ ਮੈਂ ਬਹੁਤ ਘੈਂਟ ਫਿਲਮ ਬਣਾਤੀਆਂ ਕਰ ਜਦੋਂ ਲੋਕ ਕਹਿਣਗੇ ਨਾ ਮੈਨੂੰ ਫੇਰ ਮੈਂ ਸਫਲ ਮੰਨੂ ਆਪਣੇ ਆਪ ਨੂੰ ਮੈਂ ਗੱਲਾਂ ਨਾਲ ਉੱਪਰੋਂ ਪਹਾੜ ਨੀਚੇ ਲਾਦਾ ਮੈਂ ਬਹੁਤ ਸੋਹਣੀ ਫਿਲਮ ਬਣਾਈ ਆ ਪਰ ਮੈਨੂੰ ਇੰਨਾ ਪਤਾ ਵੀ ਜੇ ਮੇਰੇ ਘਰਦਿਆਂ ਨੂੰ ਮੇਰੀ ਟੀਮ ਨੂੰ ਫਿਲਮ ਪਸੰਦ ਆ ਗਈ ਤਾਂ ਮੈਂ ਇੰਨੇ ਕੁ ਕੌਨਫੀਡੈਂਸ ਆ ਵੀ ਲੋਕਾਂ ਨੂੰ ਵੀ ਪਸੰਦ ਆਊਗੀ ਕਿਉਂਕਿ ਆਪਾਂ ਜੱਜ ਹੈਗੇ ਆਡੀਅੰਸ ਸਭ ਤੋਂ ਵੱਡੀ ਜੱਜ ਹੈ ਤੇ ਮੈਂ ਆਡੀਅੰਸ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਇੱਕ ਵਾਰੀ ਜ਼ਰੂਰ ਦੇਖਿਓ ਜੇ ਤੁਸੀਂ 5 ਮਿੰਟ ਦੀ ਮੇਰੀ ਫਿਲਮ ਦੇਖੋ 5 ਮਿੰਟ ਤੋਂ ਬਾਅਦ ਤੁਹਾਨੂੰ ਇੱਕ 1.5 ਘੰਟਾ ਤੁਹਾਨੂੰ ਕਦੋਂ ਹੋ ਗਿਆ ਤੁਹਾਨੂੰ ਪਤਾ ਨਹੀਂ ਲੱਗਣਾ ਇਹ ਮੈਂ ਪ੍ਰੋਮਿਸ ਕਰਦਾ ਤੁਹਾਨੂੰ ਨਿਰਾਸ਼ ਨਹੀਂ ਕਰੂੰਗਾ ਬਿਲਕੁਲ ਤੁਹਾਨੂੰ ਸੁਣ ਕੇ ਮੈਨੂੰ ਰੀਸੈਂਟਲੀ ਦਿਲਜੀਤ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਸੀਗਾ ਕਿ ਮੇਰੀ 22 ਸਾਲ ਦੀ ਜਰਨੀ ਹੈ ਲੇਕਿਨ ਲੋਕਾਂ ਨੂੰ ਲੱਗਦਾ ਕਿ ਮੈਂ ਹੁਣੇ ਸਡਨਲੀ ਹਿੱਟ ਹੋ ਗਿਆ ਪਰ ਸਾਨੂੰ ਇੱਦਾਂ ਲੱਗਦਾ ਹੁੰਦਾ ਬੈਕ ਤੋਂ ਹਰ ਕਿਸੇ ਦੀ ਕੋਈ ਜਰਨੀ ਜ਼ਰੂਰ ਹੁੰਦੀ ਹੈ ਕਿਸੇ ਨੂੰ ਵੀ ਇੱਦਾਂ ਚੀਜ਼ਾਂ ਨਹੀਂ ਮਿਲਦੀਆਂ ਸੋ ਫਿਲਮ ਤਾਂ ਤੁਹਾਡੀ ਪਸੰਦ ਕੀਤੀ ਜਾਊਗੀ ਹੁਣ ਤੁਹਾਨੂੰ ਦੋਨਾਂ ਨੂੰ ਮੇਰਾ ਇੱਕ ਕਾਮਨ ਕੁਐਸਚਨ ਹੈ ਐਜ਼ ਐਨ ਐਕਟਰ ਹੋਣ ਦੇ ਨਾਤੇ ਕਦੀ ਵੀ ਮਨ 'ਚ ਇਹ ਡਰ ਆਉਂਦਾ ਹੁੰਦਾ ਜਾਂ ਬਾਰ ਬਾਰ ਆਉਂਦਾ ਹੁੰਦਾ ਜਾਂ ਫਿਰ ਚਲਾ ਜਾਂਦਾ ਕਿ ਮੈਨੂੰ ਇਸ ਤੋਂ ਬਾਅਦ ਕੰਮ ਮਿਲੂਗਾ ਮੈਨੂੰ ਕੰਮ ਮਿਲੂਗਾ ਇੱਦਾਂ ਦੀਆਂ ਚੀਜ਼ਾਂ ਤੁਸੀਂ ਸੋਚਦੇ ਹੋ ਹਾਂਜੀ ਨਹੀਂ ਮੈਂ ਇਹ ਨਹੀਂ
ਇੱਕ ਹੁੰਦਾ ਨਾ ਕਿ ਕਿਸੇ ਨੂੰ ਲੱਗਦਾ ਹੁੰਦਾ ਕਿ ਮੈਨੂੰ ਕੰਮ ਹੀ ਮਿਲੀ ਜਾਵੇ, ਕੰਮ ਹੀ ਮਿਲੀ ਜਾਵੇ। ਮੈਂ ਇਹ ਨਹੀਂ, ਕਦੇ ਵੀ ਨਹੀਂ ਹੁੰਦਾ, ਜੇ ਮੈਂ ਘਰੇ ਵੀ ਬੈਠੀ ਹਾਂ ਤਾਂ ਮੈਂ ਸੈਟਿਸਫਾਈ ਹਾਂ। ਮੈਂ ਅੱਜ ਤੱਕ ਕਿਸੇ ਨੂੰ ਫੋਨ ਕਰਕੇ ਕੰਮ ਨਹੀਂ ਕਿਹਾ ਵੀ ਮੈਨੂੰ, ਕਿਸੇ ਡਾਇਰੈਕਟਰ ਨੂੰ ਜਾਂ ਕਿਸੇ ਪ੍ਰੋਡਿਊਸਰ ਨੂੰ ਫੋਨ ਨਹੀਂ ਕੀਤਾ ਹੈਗਾ ਕਿ ਮੈਨੂੰ ਆਪਣੀ ਫਿਲਮ 'ਚ ਲੈ ਲਓ। ਮੈਨੂੰ ਪਤਾ ਜੋ ਇੱਥੇ ਲਿਖਿਆ ਹੋਇਆ ਨਾ ਉਹਨੇ ਆਪਣੇ ਆਪ ਆ ਜਾਣਾ, ਹੈ ਨਾ, ਅਤੇ ਉਹ ਆ ਵੀ ਜਾਂਦਾ। ਪਰ ਮੈਂ ਆਪਣੀ ਜ਼ਿੰਦਗੀ ਤੋਂ ਸੈਟਿਸਫਾਈ ਹਾਂ ਕਿ ਮੈਂ ਜੋ ਕਰ ਰਹੀ ਹਾਂ ਉਹ ਵਧੀਆ ਕਰ ਰਹੀ ਹਾਂ, ਅਤੇ ਅੱਗੋਂ ਵੀ ਮੈਨੂੰ ਲੱਗਦਾ ਇੱਦਾਂ ਹੀ ਕਰਦੀ ਰਹੂੰਗੀ। ਅਤੇ ਮੈਨੂੰ ਕਈ ਲੋਕ ਕਹਿੰਦੇ ਵੀ ਤੂੰ ਇਹ ਜਿਹੜਾ ਸੈਟਿਸਫਾਈ ਹੋਣਾ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਬੰਦੇ ਨੂੰ, ਮੈਂ ਪਰ ਮੈਂ ਸੈਟਿਸਫਾਈ ਹਾਂ, ਮੈਨੂੰ ਠੀਕ ਹੈ, ਜਿੰਨਾ ਕੀਤਾ ਆ ਉਹ ਵੀ ਵਧੀਆ, ਜਿੰਨਾ ਅੱਗੋਂ ਹੋਊਗਾ ਉਹ ਵੀ ਵਧੀਆ, ਜੇ ਜੇ ਕੱਲ੍ਹ ਨੂੰ ਨਹੀਂ ਵੀ ਕੰਮ ਮਿਲਦਾ ਤਾਂ ਵੀ ਮੈਨੂੰ ਕੋਈ ਰਿਗਰੈਟ ਨਹੀਂ ਹੋਊਗਾ। ਮੈਨੂੰ ਪਤਾ ਵੀ ਮੈਂ ਆਪਣੀ ਜ਼ਿੰਦਗੀ ਕਿਵੇਂ ਕੱਢਣੀ ਹੈ, ਮੈਨੂੰ ਪਤਾ ਉਸ ਚੀਜ਼ ਦਾ। ਕੋਈ ਵੀ ਫੀਲਡ ਆ, ਅਸੀਂ ਉੱਪਰ ਬੈਠੇ ਤਿੰਨੋਂ ਜਣੇ ਆਹੀ ਗੱਲ ਕਰ ਰਹੇ ਸੀ ਕਿ ਅਸੀਂ ਕਿੰਨੇ ਕਿਸਮਤ ਵਾਲੇ ਹਾਂ ਕਿ ਜਿਹੜੀ ਚੀਜ਼ ਸਾਨੂੰ ਪਸੰਦ ਹੈ ਉਹੀ ਸਾਡਾ ਕਿੱਤਾ ਹੈ, ਅਸੀਂ ਉਸੇ ਫੀਲਡ 'ਚ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਾਂ, ਜੋ ਵੀ ਕਰ ਰਹੇ ਹਾਂ। ਜਿਹੜਾ ਬੰਦਾ ਉਹ ਕੰਮ ਕਰ ਰਿਹਾ ਜਿਹੜਾ ਉਹ ਨਹੀਂ ਕਰਨਾ ਚਾਹੁੰਦਾ, ਤਾਂ ਕਦੇ ਨਾ ਕਦੇ ਉਹਨੂੰ ਲਾਈਫ 'ਚ ਜ਼ਰੂਰ ਚੀਜ਼ ਹਿੱਟ ਕਰਦੀ ਹੈ ਕਿ ਕਾਸ਼ ਮੈਂ ਉਹ ਕੀਤਾ ਹੁੰਦਾ। ਬਿਲਕੁਲ। ਅਤੇ ਜਿਹੜੀ ਤੁਸੀਂ ਗੱਲ ਕਹੀ ਨਾ ਕਿ ਐਜ਼ ਐਨ ਆਰਟਿਸਟ ਉਹ ਲੱਗਣਾ ਕਿ ਯਾਰ ਮੈਨੂੰ ਆਹ ਫਿਲਮ ਤਾਂ ਮਿਲ ਗਈ ਹੁਣ ਅੱਗੇ ਕੀ, ਮੈਨੂੰ ਪਹਿਲਾਂ ਬਹੁਤ ਲੱਗਦਾ ਸੀ ਜਦੋਂ ਸਟਾਰਟ ਕੀਤਾ ਨਾ, ਅਤੇ ਮੇਰਾ ਤਾਂ ਚਲੋ ਇਹਨਾਂ ਸਾਰਿਆਂ ਨਾਲੋਂ ਟੈਨਿਓਰ ਘੱਟ ਹੈ, ਮੈਨੂੰ ਤਾਂ 7-8 ਸਾਲ ਹੀ ਹੋਏ, ਤਾਂ 15-20 ਟੱਪੀ ਫਿਰਦੇ ਸਾਰੇ। ਅਤੇ ਉਹਦੇ 'ਚ ਇਨੀਸ਼ਲੀ ਮੈਨੂੰ ਲੱਗਦਾ ਕਿ ਬੜਾ ਪ੍ਰੈਸ਼ਰ ਹੁੰਦਾ, ਫਿਰ ਜਦੋਂ ਹੀਰੋ ਦਾ ਟੈਗ ਲੱਗ ਜਾਂਦਾ ਨਾ ਤਾਂ ਬੜਾ ਮਿਸਗਾਈਡ ਬੜਾ ਕਰਦੇ ਲੋਕ, ਨਹੀਂ ਨਹੀਂ ਹੁਣ ਤੂੰ ਆਹ ਰੋਲ ਕਰ ਲਿਆ, ਹੁਣ ਤੂੰ ਆਹ ਨਹੀਂ ਕਰਨਾ, ਇੱਦਾਂ ਦੇ ਕਰਨੇ, ਤੂੰ ਉਹ ਕਰਨਾ। ਚਲੋ ਇਹ ਜਰਨੀ ਹੈ, ਬੰਦਾ ਹੌਲੀ ਹੌਲੀ ਸਿੱਖਦਾ, ਬਟ ਇਹ ਮੇਰਾ ਇਗਜ਼ਾਮਪਲ, ਮੈਂ ਆਪਣੇ 'ਤੇ ਇੰਨਾ ਹੀ ਕਹਿ ਸਕਦਾ ਕਿ ਮੇਰੇ ਨਾਲ ਇਹ ਹੋਈ ਹੈ ਕਿ ਮੈਨੂੰ ਹਰ ਫਿਲਮ 'ਚੋਂ ਇੱਕ ਫਿਲਮ ਮਿਲੀ ਹੈ। ਹੁਣ ਉਹ ਜਾਂ ਮੇਰਾ ਮੇਰੀ ਕਿਸਮਤ ਕਹਿ ਲਓ, ਮੇਰਾ ਔਨ ਸੈੱਟ ਬਿਹੇਵੀਅਰ ਕਹਿ ਲਓ, ਜਾਂ ਥੋੜ੍ਹਾ ਬਹੁਤ ਰੋਲ ਮੇਰੇ ਟੈਲੈਂਟ ਦਾ ਵੀ ਕਹਿ ਲਓ, ਬਟ ਮੈਨੂੰ ਇਹ ਲੱਗਦਾ ਕਿ ਜੇ ਤੁਸੀਂ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹੋ, ਸਾਫ਼ ਹੋ ਕੇ, ਬਿਲਕੁਲ ਕੋਈ ਸਬਵੇ 'ਤੇ ਡਿਪੈਂਡੈਂਟ ਨਹੀਂ ਹੋ ਤੁਸੀਂ, ਤੁਸੀਂ ਇਹ ਨਹੀਂ ਸੋਚ ਕੇ ਗਏ ਵੀ ਮੈਨੂੰ ਫਿਲਮ ਮਿਲ ਗਈ, ਮੈਂ ਹੀਰੋ ਹਾਂ, ਮੈਂ ਤਾਂ ਪ੍ਰੋਡਿਊਸਰ ਦੇ ਗਿੱਟੇ ਛਿੱਲ ਦੇਣੇ ਹੁਣ। ਤੁਸੀਂ ਕੰਮ ਇਹੋ ਜਿਹਾ ਕਰੋ ਕਿ ਪ੍ਰੋਡਿਊਸਰ ਕਹੇ ਕਿ ਯਾਰ ਫਿਲਮ ਕੱਲ੍ਹ ਨੂੰ ਚੱਲੇ ਨਾ ਚੱਲੇ, ਇਹੋ ਜਿਹੇ ਬੰਦੇ ਇੰਡਸਟਰੀ 'ਚ ਹੋਣੇ ਚਾਹੀਦੇ। ਅਤੇ ਮੈਨੂੰ ਲੱਗਦਾ ਇੱਥੇ ਇਸ ਸੋਫੇ 'ਤੇ ਜਿੰਨੇ ਬੰਦੇ ਬੈਠੇ ਆ ਇਹ ਸਾਰੇ ਉਹੀ ਬੰਦੇ ਨੇ ਕਿ ਇਹ ਜਦੋਂ ਸੈੱਟ 'ਤੇ ਜਾਂਦੇ ਨਾ, ਇਹਨਾਂ ਨੂੰ ਪ੍ਰੋਡਿਊਸਰ ਲੱਭਦੇ ਆ ਕਿ ਯਾਰ ਮਨਜੀਤ ਕਿੱਥੇ ਆ, ਮਨਜੀਤ ਨਾਲ ਬੈਠੀ 10 ਮਿੰਟ, ਰਾਜ ਮੈਡਮ ਕਿੱਥੇ, ਮੈਡਮ ਨਾਲ ਬੈਠੀ, ਮੈਡਮ ਦੱਸੋ ਕੋਈ ਸਲਾਹ ਦਿਓ। ਇਹਨੂੰ ਹੈਪੀ ਦੀ ਜਿਵੇਂ ਮੈਮ ਨੇ ਐਗਜ਼ਾਮਪਲ ਦਿੱਤਾ ਕਿ ਕੋਸਟਿਊਮੇਡੀ ਤੋਂ ਵੀ ਸ਼ੁਰੂ ਕੰਮ ਕੀਤਾ ਇਹਨਾਂ ਨੇ, ਸੋ ਇਹ ਸਭ ਚੀਜ਼ਾਂ ਮਿਲਾ ਕੇ ਇੱਕ ਆਰਟਿਸਟ ਦੀ ਸਟਰਗਲ ਹੁੰਦੀ ਹੈ, ਬੜੀ ਲੰਬੀ ਸਟਰਗਲ ਹੈ। ਤੁਸੀਂ ਦਿਲਜੀਤ ਜੀ ਦੀ ਗੱਲ ਕੀਤੀ ਨਾ, ਉਹ ਕਹਿੰਦੇ ਮੇਰੇ 20-22 ਸਾਲ ਲੱਗ ਗਏ, ਹਰ ਬੰਦੇ ਦਾ, ਸਾਡੀ ਇੰਡਸਟਰੀ ਦਾ ਨਾ ਜੀ ਇੱਕ ਫਰਾਈਡੇ 'ਤੇ ਖੜੀ ਹੁੰਦੀ ਹੈ ਸਿਰ, ਜਦੋਂ ਫਰਾਈਡੇ ਲੱਗ ਗਿਆ ਤੁਹਾਡਾ ਜਿਸ ਦਿਨ, ਉਸ ਦਿਨ ਤੋਂ ਤੁਸੀਂ ਇੱਕ ਨਵੇਂ ਪ੍ਰੀਤ ਬਣ ਗਏ। ਉਹ ਦੇਖਣਾ ਲੋਕਾਂ ਨੇ, ਉਹ ਨਹੀਂ ਦੇਖਣਾ ਉਹ ਪ੍ਰੀਤ ਇੱਥੇ ਤੱਕ ਪਹੁੰਚਿਆ ਕਿ, ਉਹ ਨਹੀਂ ਮੂਸੇਵਾਲਾ ਯਾਦ ਕਿਸੇ ਨੂੰ ਵੀ ਕਿ ਜਿਹਨੇ ਫੋਨ ਕਰ ਕਰਕੇ ਕਿਹਾ ਯਾਰ ਮੈਨੂੰ ਗਾਣਾ ਦਿਓ, ਜਾਂ ਨਿੰਜੇ ਭਾਜੀ ਨਾਲ ਗਾਣਾ ਕੀਤਾ, ਜਾਂ ਉਹ ਇੱਕ ਲਿਰਿਸਿਸਟ ਨੇ ਬੁਲਾ ਕੇ ਮੀਂਹ 'ਚ ਵੇਟ ਕਰਾ ਕੇ ਵਾਪਸ ਮੋੜਿਆ, ਉਹ ਨਹੀਂ ਕਿਸੇ ਨੂੰ ਯਾਦ। ਹਰ ਬੰਦੇ ਨੂੰ ਉਹ ਮੂਸੇਵਾਲਾ ਯਾਦ ਹੈ ਕਿ ਲੈ ਵੀ ਮਾਰੀ ਥਾਪਸੀ ਦਾ ਚੱਕ, ਪੰਜਾਬ ਸਾਰਾ ਉਹਨੇ ਇੱਕ ਪਾਸੇ ਦੁਨੀਆਂ ਦੇ ਮੈਪ 'ਤੇ ਲਿਆਤਾ। ਇਹ ਸਟਰਗਲ ਹਰ ਇੱਕ ਆਰਟਿਸਟ ਦੀ ਹੈ। ਹਾਂ, ਜਦੋਂ ਤੁਸੀਂ ਸਕਸੈਸਫੁਲ ਹੋ ਜਾਂਦੇ ਹੋ, ਉਸ ਤੋਂ ਬਾਅਦ ਜਿਹੜੀ ਤੁਸੀਂ ਆਪਣੀ ਇਮੇਜ ਬਣਾਉਣੀ ਹੈ ਉਹ ਤੁਹਾਡੇ ਹੱਥਾਂ 'ਚ ਹੈ। ਜੇ ਤੁਸੀਂ ਵਿਗਾੜਦੇ ਹੋ, ਤੁਸੀਂ ਤੰਗ ਕਰਦੇ ਹੋ ਪ੍ਰੋਡਿਊਸਰਸ ਨੂੰ ਜਾਂ ਆਰਟਿਸਟਸ ਨੂੰ, ਉਹ ਫਿਰ ਤੁਹਾਡੇ ਲਈ ਮਾੜੀ ਗੱਲ।
ਬਿਲਕੁਲ ਕਹਿੰਦੇ ਕਿ ਆਪਣੇ ਪਾਪਾ ਦੇ ਪੈਸੇ ਨੂੰ ਜਦ ਤੱਕ ਤੁਸੀਂ ਆਪਣਾ ਪੈਸਾ ਨਹੀਂ ਸਮਝਦੇ ਤੁਸੀਂ ਉਹਨੂੰ ਸੰਜਮ ਨਾਲ ਖਰਚ ਵੀ ਨਹੀਂ ਕਰੋਗੇ ਕਿ ਉਹ ਪਾਪਾ ਦਾ ਪੈਸਾ ਵੀ ਮੇਰਾ ਹੀ ਪੈਸਾ। ਮੇਰਾ ਬਹੁਤ ਦਿਲ ਕਰ ਰਿਹਾ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਦਾ, ਪਰ ਮੇਰੇ ਕੋਲ ਸਮਾਂ ਹੀ ਇੰਨਾ ਸੀਗਾ। ਉਮੀਦ ਹੈ ਕਿ ਜਿੰਨੀ ਮਿਹਨਤ ਨਾਲ ਤੁਸੀਂ ਇਸ ਫਿਲਮ ਨੂੰ ਬਣਾਇਆ ਹੈ ਲੋਕ ਪਸੰਦ ਕਰਨਗੇ, ਤਾਂ ਕਿ ਤੁਸੀਂ ਇੱਥੇ ਨਾ ਰੁਕੋ ਔਰ ਕਰਦੇ ਰਹੋ ਜੋ ਕਰਨ ਲਈ ਆਏ ਹੋ ਇੰਡਸਟਰੀ ਚ। 13ਵੀਂ ਫਿਲਮ ਜਸਵਿੰਦਰ ਦੇ ਕੁਐਸਚਨਸ ਬਹੁਤ ਅੱਛੇ ਹੁੰਦੇ। ਹਾਂ ਲਿਖੋ, ਕਰ ਦੋ, ਕਰ ਦੋ। ਆਪਣੇ ਆਪ ਨੂੰ ਲੱਗਦਾ ਮਨ ਤਸੱਲੀ ਹੈ, ਬਾਕੀ ਲੋਕ ਦੱਸਣਗੇ। 1 2 3 ਸਤਿ ਸ੍ਰੀ ਅਕਾਲ ਜੀ। ਪਾਪਾ ਜੀ, ਪਾਪਾ ਜੀ।